ਅੱਖਾਂ ਮਨਾਵੀਆਂ ਤੇ ਕੁਲਬੀਰ ਕੁਲਬੀਰ ਨਿਊਜ਼ੀਲੈਂਡ ਜਾਂ ਉਹਦੇ ਪਾਪਾ ਜੀ ਇਸੇ ਨਜ਼ਦੀਕ ਹੋਣ ਤੇ ਜਾਂ ਫਿਰ ਸਰਦਾਰ ਅਮਰਜੀਤ ਸਿੰਘ ਜਾਂ ਫਿਰ ਘਰੇ ਪੁੱਜਦਾ ਹੋਵੇਗਾ ਜੀ। ਉਧਰ ਮੈਂ ਇੱਕ ਦਰਸ਼ਕ ਵੀਰਾਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ। ਰਾਣਾ ਇੱਕੋ ਮਿੰਟ ਦੇ ਦੀ ਵੀਰਿਆ ਸੁੱਖਾ ਵੀਰ ਹੈਪੀ ਤੇ ਨਾਲ ਛੱਬਾ ਮਨਾਵੀਆ ਇੱਧਰ ਰੂਪ ਸਰਪੰਚ ਜੀ ਮੱਖਣ ਸੰਧੂ ਦੀ ਸਕਾਰਪੀਓ ਗੱਡੀ ਇੱਕ ਨਹਿਰ ਦੇ ਵਿੱਚ ਡਿੱਗੀ ਜਿਹਦੇ ਕਾਰਨ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੱਖਣ ਸੰਧੂ ਦੇ ਥੋੜੀ ਸੱਟ ਲੱਗੀ ਹੈ ਤੇ ਬਹੁਤ ਜ਼ਿਆਦਾ ਜਿਹੜੀ ਸੱਟ ਹੈ ਗੋਪੀ ਤੇਜਾ ਸਿੰਘ ਵਾਲੇ ਦੇ ਲੱਗੀ ਹੈ। ਔਰ ਮੇਰੀ ਬੇਨਤੀ ਹੈ ਭਰਾ ਬਣ ਕੇ ਇਹੋ ਜਿਹੀ ਘਟਨਾ ਪਹਿਲਾਂ ਤਾਂ ਕਿਸੇ ਨਾਲ ਵਾਪਰੇ ਨਾ, ਅਰਦਾਸ ਕਰਾਂਗੇ ਵਾਹਿਗੁਰੂ ਦੇ ਚਰਨਾਂ ਵਿੱਚ। ਕਈ ਵਾਰੀ ਧੁੰਦ ਕਾਰਨ ਜਿਹੜੇ ਘਟਨਾ ਵਾਪਰ ਜਾਂਦੀਆਂ। ਚੋਹਲਾ ਸਾਹਿਬ ਦੀ ਸਮੁੱਚੀ ਟੀਮ ਦੇ ਵੱਲੋਂ ਉਹ ਖਿਡਾਰੀ ਦੀ ਹੈਲਪ ਦੇ ਲਈ 50,000 ਰੁਪਈਆ ਅਰ ਸਾਡਾ ਭਰਾ ਕਹਿੰਦਾ ਵੀ ਸਾਡੇ ਵੱਲੋਂ ਹੋਵੇਗਾ ਤੇ 50,000 ਰੁਪਈਆ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਆਸਟ੍ਰੇਲੀਆ ਮੈਲਬੌਰਨ ਦੇ ਵੱਲੋਂ ਹੋਵੇਗਾ ਸਾਡੇ ਮਿੰਟੂ ਬਾਈ ਦੇ ਵੱਲੋਂ। ਮੇਰੀ ਹੋਰ ਵੀ ਬੇਨਤੀ NRI ਭਰਾਵਾਂ ਨੂੰ ਹੈ, ਪ੍ਰਬੰਧ ਕਮੇਟੀਆਂ ਨੂੰ ਹੈ, ਆਓ ਆਪਾਂ ਉਸ ਮੱਲ ਦੀ ਜਿਹੜੀ ਸਪੋਰਟ ਦੀ ਹੈਲਪ ਕਰਨੀ ਹੈ। ਇਹ ਮੈਂ ਬੇਨਤੀ ਕਰਾਂਗਾ ਸਾਰੇ ਮਾਝੇ ਦੀਆਂ ਪ੍ਰਬੰਧ ਕਮੇਟੀਆਂ ਨੂੰ, NRI ਵੀਰਾਂ ਨੂੰ ਵੀ ਵੱਧ ਚੜ ਕੇ ਮੱਲ ਦੀ ਜਿਹੜੀ ਹੈਲਪ ਕਰਿਓ। ਉਹਦਾ ਨੰਬਰ ਵੀ ਜਾਰੀ ਕਰਾਂਗੇ ਜਾਂ ਚੋਹਲਾ ਸਾਹਿਬ ਦੇ ਅਰਸ਼ਨਾ NRI ਵੀਰ ਸੰਪਰਕ ਬਣਾਉਣਗੇ ਤੇ ਵੱਧ ਚੜ ਕੇ ਆਪਾਂ ਭਰਾ ਦੀ ਹੈਲਪ ਕਰਨੀ ਹੈ ਤਾਂ ਜੋ ਠੀਕ ਹੋ ਕੇ ਇਹਨਾਂ ਮੈਦਾਨਾਂ ਵਿੱਚ ਫੇਰ ਆਵੇ ਤੇ ਇਹੋ ਜਿਹਾ ਭਾਣਾ ਇਹੋ ਜਿਹੀ ਘਟਨਾ ਕਿਸੇ ਦਾ ਨਾ ਵਾਪਰੇ। ਇਹ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਹੈ। ਜੁੜੀਏ ਰਾਣਿਆ ਖੇਡ ਕਬੱਡੀ ਦੇ ਨਾਲ ਅੱਜ ਦੇ ਦਿਨ ਦਾ ਫਾਈਨਲ ਸੁਪਰ ਫਾਈਨਲ। ਪਰ ਪਹਿਲਾ ਡੇਢ ਨੰਬਰ ਗੱਜਣ ਡੇਰਾ ਬਾਬਾ ਨਾਨਕ ਵਾਲਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਜੁੱਧ ਖਹਿਰਾ ਪੰਜਾਬ ਪੁਲਿਸ ਸਾਡਾ ਵੀਰ ਉਹਨਾਂ ਦੇ ਫਾਦਰ ਸਾਹਿਬ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਆ। ਪਰ ਸਾਹਮਣੇ ਚੋਟੀ ਦੀ ਟੱਕਰ ਖੇਡੀ ਆ ਰਹੀ ਹੈ ਤਾਂ ਚਾਰ ਤਿਆਰ ਪਰ ਤਿਆਰ ਤੇ ਚੌਹਾ ਉੱਪਰ ਪੈਂਦੀ ਹੋਈ ਕਬੱਡੀ। ਵਾਹ ਬਈ ਅਣੂ ਬੁੱਢਾ ਥੇ ਦੀ ਧਰਤੀ ਦਾ ਲਾ ਹਲਕਾ ਟੱਚ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਬੂਟਾ ਜੀ। ਅਜੇ ਪ੍ਰੀਤ ਸਿੰਘ ਕਾਲਵਾ ਵਾਲਾ ਕਬੱਡੀ ਪਾ ਰਿਹਾ ਹੈ। ਥੋੜੀ ਗਰਾਊਂਡ ਵੀ ਕਲੀਅਰ ਹੋਵੇਗੀ ਬਾਈ, ਬਿਲਕੁਲ ਗਰਾਊਂਡ ਕਲੀਅਰ ਕਰ ਦਿਓ। ਕੁਰਸੀਆਂ ਥੋੜੀਆਂ ਥੋੜੀਆਂ ਪਰੇ ਨੂੰ ਕਰ ਲਈਏ ਤੇ ਬਹਿ ਜਾਈਏ। ਅੱਜ ਦੇ ਦਿਨ ਦਾ ਫਾਈਨਲ ਵੇਖ ਲਓ ਮੇਰੇ ਮਿੱਤਰੋ, ਬਾਬਾ ਸਗੀ ਸੁਲਤਾਨ ਦੀ ਯਾਦ ਦੇ ਵਿੱਚ ਕਹਿੰਦੇ ਪੁਰਾਣੇ ਸਮੇਂ ਤੋਂ ਮੇਲਾ ਚੱਲਦਾ ਆ ਰਿਹਾ ਹੈ। ਇੱਕ ਬੰਨੇ ਚੋਹਲਾ ਸਾਹਿਬ ਦੀ ਧਰਤੀ ਦਾ ਅਰਸ਼ ਖੇਡ ਕਬੱਡੀ ਦਾ DTO ਜਾਫੀ ਹੈ ਯਾਰੀ ਸੁਖੇ ਰਨਾਵੇ ਦੇ ਨਾਲ। ਇੱਧਰ ਕਹਿੰਦੇ ਹਰਮਨ ਹੈ ਨੌਜਵਾਨ, ਜਲਾਲਪੁਰ ਪਿੰਡ ਹੈ ਬਚਿੱਤਰ ਪਹਿਲਵਾਨ ਦਾ ਪੁੱਤਰ, ਮੇਰੇ ਮਿੱਤਰੋ ਨਹੀਂ ਜਫਾ ਲਾ ਸਕਿਆ। ਆ ਗੱਭਰੂ ਹੈ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੱਖੀ ਕਲਾਂ ਵਾਲਾ, ਇਹਨੂੰ ਦੁਨੀਆ ਸੁੱਖ ਸੁੱਖ ਕਹਿੰਦੀ ਹੈ। ਆਓ ਸਾਹਮਣੇ ਮੇਰੇ ਮਿੱਤਰੋ ਕਬੱਡੀ ਪੈਰੀ ਰਾਣੇ ਕਰੀ ਗੱਲ। ਆਓ ਸੁੱਖ ਮੱਖੀ ਕਲਾਂ ਵਾਲਾ ਇਹ ਅਮਰੀਕਾ ਵੀ ਖੇਡ ਕੇ ਆਇਆ ਤੇ ਪੱਕੇ ਤੌਰ ਤੇ ਕੈਨੇਡਾ ਦਾ ਵਸਨੀਕ ਹੈ। ਆ ਥੋੜੇ ਕੁ ਦਿਨ ਪਹਿਲਾਂ ਸਿਰ ਲੱਥ ਯੋਧੇ ਦੀ ਧਰਤੀ ਤੇ ਵੱਡਾ ਖੇਡ ਮੇਲਾ ਹੋਇਆ ਹੈ। ਉਸ ਖੇਡ ਮੇਲੇ ਤੇ ਬੁਲਟ ਮੋਟਰਸਾਈਕਲ ਦੇ ਨਾਲ ਵੱਡਾ ਸਨਮਾਨ ਹੋਇਆ ਸਮਾਜ ਦਾ। ਮੈਂਡੀ ਖਹਿਰਾ ਸਿੰਘਾਪੁਰੀਆ ਕਹਿੰਦਾ ਵੀ ਅਰਸ਼ ਦੇ ਤਿੰਨਾਂ ਜੱਫਿਆਂ ਦਾ 1100 ਹੋਵੇਗਾ। ਆਓ ਫਿਰਦਾ ਮਨੂ ਕਲੇਰ ਭਰਾ ਸਾਡਾ, ਆਓ ਫਿਰਦਾ ਮਿੰਟੂ ਆਸਟ੍ਰੇਲੀਆ ਵਾਲਾ, ਓਏ ਵਾਹਿਗੁਰੂ ਮੇਰ ਕਰੇ ਭਰਾਵਾਂ ਦਾ ਪਿਆਰ ਬਣਿਆ ਰਵੇ। ਜਿਹੜੀ ਕਲੱਬ ਲਈ ਕਹਿੰਦੇ ਅਰਸ਼ ਜੱਫੇ ਲਾਉਂਦਾ ਅੱਜ ਭਰਾਵਾਂ ਨੇ ਸਪੌਂਸਰ ਕੀਤੀ ਟੀਮ ਹੈ।
ਔਰ ਮੈਚ ਚੋਟੀ ਦਾ ਚੱਲਦਾ ਜੱਗੇ ਭੁਸੇਵਲ ਦੀ ਛਾਤੀ ਦੇ ਉੱਪਰ ਕਹਿੰਦੇ ਸ਼ੇਰ ਬੁੱਕਦਾ ਤੇ ਸ਼ੇਰਾਂ ਵਰਗੇ ਚਾਰ ਸਾਹਮਣੇ ਤਿਆਰ ਬਰ ਤਿਆਰ ਹੈ ਮੇਰੇ ਮਿੱਤਰੋ। ਉਧਰ ਹੈਪੀ ਮੋੜ ਸਾਡਾ ਵੀਰ ਹੈ ਕਹਿੰਦੇ ਲਵ ਮੋੜ ਤੇ ਨਾਲ ਕਰਨ ਯਾਮਾ ਰਾਏ ਤੇ ਨਾਲ ਹੈ ਸਾਡਾ ਕਹਿੰਦੇ ਗੁਰਜੰਟ ਸਭਰਾਵਾਂ ਵਾਲਾ ਉਹ ਜਿਹੜੇ ਭਰਾਵਾਂ ਦੀ ਟੀਮ ਖੇਡ ਰਹੀ ਹੈ। ਇੱਧਰ ਕਹਿੰਦੇ ਜੱਗਾ ਭੁਸੇਵਲ ਕਬੱਡੀ ਪਾ ਰਿਹਾ ਚਾਰ ਨੇ ਚੌਹਾਂ ਦੇ ਵਿੱਚੋਂ ਕੌਣ ਫਤਿਹਾਬਾਦੀ ਕੰਮੋ ਪਹਿਲਵਾਨ ਦੇ ਚੰਡੇ ਵਾਲ ਕੇ ਚੇਲੇ ਆਓ ਜੱਗਾ ਭੁਸੇਵਲਾ ਤੇ ਕਹਿੰਦੇ ਛੋਟਾ ਕਰ ਦਿੱਤਾ ਆਓ ਛੋਟਾ ਕਰ ਦਿੱਤਾ ਲਾ ਤਗੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਬੂਟਾ ਦੀ ਅਰਸ਼ ਚੋਲਾ ਸਾਹਿਬ ਦੇ ਤਿੰਨ ਜੱਫਿਆਂ ਪਰ 5100 ਦੇ ਮਾਨ ਸਨਮਾਨ ਇਹ ਉਹੀਓ ਵੀਰ ਨੇ ਸਾਡੇ ਮਨੂ ਕਲੇਰ ਸਾਡਾ ਮਨੂ ਵੀਰ ਤੇ ਪ੍ਰਭ ਰੰਧਾਵਾ ਇੱਧਰ ਸਰਦਾਰ ਲਓ ਗੱਲ ਚੱਲੇਗੀ ਮਣਜਿੰਦਰ ਚੱਕੀ ਰਮਦਾਸ ਵਾਲੇ ਵੀਰ ਦੀ ਉਹ ਵੀ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਪਰ ਸਾਹਮਣੇ ਕੀ ਫੈਸਲੇ ਹੈ ਲੱਖਾ ਭਲਵਾਨ ਜੀ ਇਸ਼ਾਰੇ ਕਰਦੇ ਹੈ ਕਿ ਨੰਬਰ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮ ਦੇ ਹਿੱਸੇ ਹੈ ਲਓ ਸਾਹਮਣੇ ਯੋਗੇ ਵਾਲੀ ਆ ਭੀਮਾ ਕਬੱਡੀ ਪਾ ਰਿਹਾ ਹੈ ਇੱਧਰ ਬੱਲੂ ਖਹਿਰਾ ਜੋਬਨ ਖਹਿਰਾ ਸਰਬ ਖਹਿਰਾ ਗੋਬਿੰਦ ਖਹਿਰਾ ਸੁਰਜੀਤ ਖਹਿਰਾ ਨਾਲ ਸੋਰੀ ਗੁਰਜੀਤ ਖਹਿਰਾ ਜਸ਼ਕਰਨ ਖਹਿਰਾ ਨਾਲ ਗੋਪੀ ਮਾਨਵੀਆਂ ਨਾ ਬਣਾਵੀਆਂ ਗੋਪੀ ਮਨਾਵੀਆਂ ਵੱਡੇ ਪਿਆਰ ਕਾਲੀਆ ਗੁਰਬੀਰ ਤੇ ਸੰਦੀਪ ਕਾਲੀਆ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਚੱਬੇ ਵਾਲਾ ਗੁਲਾਬ ਕਹਿੰਦੇ ਤਿਆਰ ਹੈ ਮੇਰੇ ਮਿੱਤਰੋ ਵੀਰਾ ਸਰਹਾਲੀ ਪਿੰਡ ਵਾਲਾ ਚੋਲਾ ਸਾਹਿਬ ਦਾ ਅਰਸ਼ ਹੈ ਕਿ ਨਾ ਜੰਮਣਾ ਨਾ ਮੁੜ ਕੇ ਆਉਣਾ ਦਿਲ ਨੂੰ ਤੂੰ ਸਮਝਾ ਲਾ ਲੱਖਾਂ ਵਿੱਚੋਂ ਇੱਕ ਹੈ ਬਣਦਾ ਸੁਖਮਨ ਚੋਲੇ ਵਾਲਾ ਮਾਂ ਸੁਖਜੀਤ ਕੌਰ ਦੇ ਪੁੱਤਰ ਆਓ ਦੁਨੀਆਂ ਦੇ ਵੱਡੇ ਮੱਲ ਹੈ ਇਧਰਲੇ ਬੰਨੇ ਖੇਡ ਮੈਦਾਨ ਵਿੱਚ ਬੁੱਢੇ ਥੇ ਪਿੰਡ ਵਾਲਾ ਇਹ ਮੱਲ ਹੈ ਯਾਰਾਂ ਦਾ ਯਾਰ ਮੇਰੇ ਮਿੱਤਰੋ ਪਿਛਲੇ ਮੈਚ ਵੀ ਪਟਾਕੇ ਪਾ ਗਿਆ ਇੱਧਰ ਮੱਖੀ ਵਾਲਾ ਰੈਂਬੋ ਕਹਿੰਦੇ 100 ਤੇ ਹੋਇਆ ਫਿਰਦਾ ਆਹ ਵੇਖੋ ਇਹਦੀਆਂ ਬਾਜ਼ੀਆਂ ਉੱਧਰ ਵੇਖ ਲੈ ਗੁਰਿੰਦਰ ਬਾਈ ਫਾਈਨਲ ਹੈ ਆਹ ਕਹਿ ਸਲਵਿੰਦਰ ਲਾਡੀ ਨੂੰ ਤੇਰੇ ਵਾਲਾ 31,000 ਕਿੱਧਰ ਨੂੰ ਜਾਂਦਾ ਜਾਂ ਕਹਿੰਦੇ ਰਾਜਵੀਰ ਆਰਤੀਆ ਸਾਹਿਬ ਨੂੰ ਆਓ ਕਹਿੰਦੇ 31,000 ਲੱਖ ਮਿੰਟੂ ਬਾਈ ਵਾਲਾ ਉਹ ਕਿਹੜੀ ਟੀਮ ਖੜਦੀ ਆ ਅੱਜ ਦੇ ਮੇਲੇ ਤੋਂ ਕਲੇਰਾਂ ਵਾਲਿਆ ਕਿਹੜੀ ਟੀਮ ਖੜਦੀ ਆ ਲੱਖ 75 ਦੇ ਬੂਟਾਂ ਦੀ ਫੈਸਲੇ ਹੋਣਗੇ ਆਹ ਨੌਜਵਾਨ ਕਹਿੰਦਾ ਨੱਕ ਦੀ ਸਿਹਤ ਨੂੰ ਸਾਹਮਣੇ ਆ ਜਾਓ ਕਹਿੰਦਾ ਨੱਕ ਦੀ ਸਿਹਤ ਨੂੰ ਸਾਹਮਣੇ ਆ ਜਾਓ ਨੌਜਵਾਨ ਨੇ ਸ਼ਾਨਦਾਰ ਪੱਟਾਂ ਤੋਂ ਕੱਛਾ ਉੱਪਰ ਚੱਕ ਕੇ ਸ਼ਾਨਦਾਰ ਪੱਟਾਂ ਦੇ ਦਰਸ਼ਨ ਕਰਾਏ ਹੈ ਉੱਧਰ ਪੰਛੀ ਘਰਾਂ ਨੂੰ ਮੁੜੇ ਜਾ ਰਹੇ ਹੈ ਤੇ ਇਸ ਪਾਸੇ ਚੋਟੀ ਦਾ ਜੱਫਾ ਸਰਹਾਲੀ ਸਾਹਿਬ ਦੀ ਧਰਤੀ ਦਾ ਵੀਰਾ ਆਓ ਵੀਰਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਜੱਫਾ ਉੱਧਰ ਕਹਿੰਦੇ ਬਾਈ ਮੰਨੂ ਕਲੀਅਰ ਕਰਕੇ ਨਾਲ ਸਾਡੇ ਬਾਈ ਸੁਰਿੰਦਰ ਮੈਂਟੂ ਆਸਟ੍ਰੇਲੀਆ ਵਾਲੇ ਕਰਕੇ ਸਾਡਾ ਚੱਕੀ ਆਇਆ ਹੋਇਆ ਹੈ ਉਹ ਚੱਕੀ ਭਰਾ ਪੁੱਜਿਆ ਕਹਿੰਦੇ ਗੱਲਾਂ ਰਮਦਾਸ ਪਿੰਡ ਵਾਲੇ ਵੀਰ ਦੀਆਂ ਲੈ ਵੀ ਚੱਕੀ ਥੋੜੀ ਸੱਟ ਲੱਗੀ ਆ ਇਹ ਗਰਾਊਂਡ ਵਾਜਾਂ ਮਾਰਦੀ ਆ ਮੱਲਾ ਤੇਰੇ ਜੱਫਿਆਂ ਦੀ ਦੁਨੀਆ ਫੈਨ ਹੈ ਆਓ ਕਹਿੰਦੇ ਵੱਡੀਆਂ ਗੱਲਾਂ ਮੇਰੇ ਮਿੱਤਰੋ ਸਾਡਾ ਕਹਿੰਦੇ ਛੋਟਾ ਚੱਕੀ ਮਨਜਿੰਦਰ ਭਰਾ ਚੇਚੇ ਤੌਰ ਤੇ ਪੁੱਜਿਆ ਰੇਡ ਪੈ ਰਹੀ ਆ ਮਾਂ ਪਰਮਜੀਤ ਕੌਰ ਦਾ ਪੁੱਤਰ ਕਹਿੰਦੇ ਨਛੱਤਰ ਗੀਤਕਾਰ ਦਾ ਵੱਡਾ ਮੱਲ ਕਹਿੰਦੇ ਸੁੱਖ ਮੱਖੀ ਵਾਲਾ ਕਬੱਡੀ ਪਾ ਕੇ ਵਾਪਸ ਆ ਇੱਧਰ ਕੀਪਾ ਆ ਗਿਆ ਰਾਣੇ ਕਰੀ ਗੱਲ ਵੀਰ ਇਹ ਕੀਪੇ ਦੀ ਕਬੱਡੀ ਹੈ ਅਰਸ਼ ਜੱਟਾ ਚੋਲੇ ਵਾਲਿਆ ਤਿੰਨ ਜੱਫਿਆਂ ਉੱਪਰ ਵੱਡੇ ਮਾਨ ਸਨਮਾਨ ਮਨੂ ਕਲੇਰ ਨਾਲ ਪ੍ਰਭ ਰੰਧਾਵਾ ਤੇ ਮਿੰਟੂ ਸਾਡਾ ਵੀਰ ਹੈ ਸੁਰਿੰਦਰ ਸਿੰਘ ਮਿੰਟੂ ਮੈਲਬੌਰਨ ਆਸਟ੍ਰੇਲੀਆ ਇਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੈ ਗੋਪੀ ਮਨਾਵੀਆਂ ਵੱਡੇ ਪਿਆਰ ਦੇ ਕੇ ਗਿਆ ਹੈ ਮੈਨੂੰ ਲੱਗਦਾ ਇੱਕ ਜੱਫਾ ਹੋ ਗਿਆ ਹੈ ਉਧਰ ਸਾਡਾ ਮਨੂ ਕਲੇਰ ਵੱਡਾ ਭਰਾ ਤੇ ਬਾਈ ਮਿੰਟੂ ਆਸਟ੍ਰੇਲੀਆ ਕਹਿੰਦਾ ਵੀ ਵੀਰੇ ਦੇ ਤਿੰਨ ਜੱਫੇ 5100 ਦੇ ਹੋਣਗੇ
ਬਾਬਾ ਬੰਦਾ ਸਿੰਘ ਬਹਾਦਰ ਜੀ ਕਲੱਬ ਦੇ ਵੱਲੋਂ ਕਹਿੰਦੇ 50,000 ਰੁਪਇਆ ਸਾਡੇ ਗੋਪੀ ਤੇਜਾ ਸਿੰਘ ਵਾਲੇ ਦੀ ਸੱਟ ਦੇ ਇਲਾਜ ਲਈ ਪੁੱਜਿਆ ਹੈ। 50,000 ਰੁਪਇਆ ਚੋਲਾ ਸਾਹਿਬ ਦੀ ਸਾਰੀ ਟੀਮ ਵੱਲੋਂ ਹੈ। ਉੱਧਰ ਕਹਿੰਦੇ ਟਾਰਜਨ ਟਾਰਜਨ ਟਾਰਜਨ, ਉਹ ਦੁਨੀਆ ਕਹਿੰਦੀ ਇਹਦਾ ਨਾਮ ਕਰ ਦਿੱਤਾ, ਇਹ ਵੱਡੇ ਵੱਡੇ ਤਾਵੀ ਯਾਰ ਉਹ ਪਲਾਂ ਵਿੱਚ ਕਰ ਦਿੰਦਾ ਚਿੱਤ, ਲਾ ਲਾ ਕੇ ਜਫੇ ਖੁਸ਼ ਕਰਦਾ ਇਹ ਚਿੱਤ। ਆਹ ਮੇਰੇ ਮਿੱਤਰੋ ਗੁਰਦਿੱਤ, ਉਹ ਜਿਹੜੇ ਲਿਫਾਫੇ ਤੇ 31,000 ਸਲਵਿੰਦਰ ਲਾਡੀ ਵਾਲਾ ਲਿਖਿਆ, ਉਹ ਥਾਣੇਦਾਰਾ ਕਿੱਧਰ ਨੂੰ ਜਾਊਗਾ? ਆਹ ਲਾਇਓ ਅੰਦਾਜ਼ਾ ਗੁਰਲਾਲ ਬਾਈ, 31-31 ਕੌਣ ਜਾਫੀ ਲੈ ਕੇ ਜਾਊਗਾ? ਉਹ ਗੱਲਾਂ ਵੱਡੀਆਂ ਹੋਣ ਗਈਆਂ। ਗੱਜਣ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਰੇਡ ਪਾ ਰਿਹਾ ਹੈ। ਛੱਬਿਆ ਵੇ ਛੱਬਿਆ ਮਨਾਵੇ ਵਾਲਿਆ, ਵੇਖ ਚੂਸਲੇ ਵਣ ਵਿੱਚ ਪਟਾਕੇ ਪੈ ਰਹੇ ਆ। ਗੱਲਾਂ ਵੱਡੀਆਂ, ਧੰਨ ਧੰਨ ਪੀਰ ਬਾਬਾ ਸ਼ਖੀ ਸੁਲਤਾਨ ਦੀਆਂ ਦਾ ਇਹ ਪ੍ਰਭ ਜੀ ਪ੍ਰਾਤਨ ਛਿੰਡ ਮੇਲਾ। ਉਧਰ ਸੱਤੂ ਦੇ ਤਿੰਨ ਜੱਫੇ ਗੋਬਿੰਦ ਖਹਿਰਾ, ਸਰਬ ਖਹਿਰਾ, ਜੋਬਨ ਖਹਿਰਾ, ਜਿਸ ਕਾਰਨ ਤੇ ਗੀਤ ਖਹਿਰਾ ਨਾਲ ਕੁਲਜੀਤ ਖਹਿਰਾ ਆਸਟ੍ਰੇਲੀਆ। ਗੋਪੀ ਮਨਾਵੀਆ ਕਹਿੰਦਾ 5,500 ਦੇ ਹੋਣਗੇ ਮੇਰੇ ਮਿੱਤਰੋ ਤਿੰਨ ਜੱਫੇ। ਆਓ ਸੱਤੂ ਦੇ ਕਹਿੰਦੇ 5,500 ਦੇ ਹੋਣਗੇ, ਇਹ ਹੈ ਅਨੂ ਬੁੱਢੇ ਥੇ ਦੀ ਧਰਤੀ ਦਾ ਮੇਰੇ ਮਿੱਤਰੋ। ਗੱਜਣਾ ਗੱਜ ਲੈ ਵਰ ਲੈ, ਗੱਜ ਲੈ ਵਰ ਲੈ, ਆ ਗੱਜਣ ਆ ਗਿਆ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਮੇਰੇ ਮਿੱਤਰੋ। ਸਾਹਮਣੇ ਕਬੱਡੀ ਪੈ ਰਹੀ ਹੈ, ਚੋਲਾ ਸਾਹਿਬ ਨੂੰ ਕਹਿੰਦੇ ਅਰਸ਼ ਨੂੰ ਬੜਾ ਪਿਆਰ ਕਰਦਾ ਸਾਡਾ ਮਿੰਟੋ, ਨਾਲ ਬਾਈ ਕਹਿੰਦੇ ਮੈਨੂੰ ਕਲੇਰ ਤੇ ਪ੍ਰਭ ਰੰਧਾਵਾ, ਖੇਡ ਕਬੱਡੀ ਵੱਡੀ ਹੈ। ਉਹ ਗੁਰਵਿੰਦਰ ਬਾਈ ਕਹਿੰਦਾ ਲੱਖ ਤਾਂ ਮਿੰਟੂ ਨੇ ਦੇਣਾ, ਜਿਹੜਾ 71,000 ਸਾਡੇ ਨਗਰ ਦੀ ਸੰਗਤ ਵੱਲੋਂ ਹੈ ਉਹ ਕਿੱਧਰ ਨੂੰ ਜਾਊਗਾ? ਆਹ ਗੱਲਾਂ ਟਿਕਾਣੇ ਆ, ਗੱਲ ਤਾਂ ਪਹਿਲ ਦੀ ਆ ਮੇਰੇ ਮਿੱਤਰੋ, ਜਿਹੜਾ ਕਰਦਾ ਪਹਿਲ ਤੇ ਜੇਤੂ ਬਣਦਾ ਮੇਲੇ ਦਾ, ਅਣਖ ਦਵਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ, ਰਾਣਿਆਂ ਪੈਂਦੀ ਰੇਡ ਤੇ ਕਰਦੇ ਗੱਲ। ਸਾਹਮਣੇ ਕਬੱਡੀ ਪੈ ਰਹੀ ਹੈ, ਰਾਜਵੀਰ ਸਿੰਘ ਆਰਤੀਆ ਸਾਹਿਬ ਉਹਨਾਂ ਵੱਲੋਂ ਵੀ 31,000 ਦੇ ਵੱਡੇ ਸਹਿਯੋਗ ਨੇ, ਪਰ ਭੀਮਾ ਪੁਆਇੰਟ ਲੈ ਕੇ ਵਾਪਸ ਹੈ। ਵੱਡੇ ਪਿਆਰ ਵੱਡੇ ਆਸ਼ੀਰਵਾਦ ਆਏ ਹੈ ਇਹਨਾਂ ਲਵਜਾਂ ਤੋਂ ਖੁਸ਼ ਹੋ ਕਰਕੇ। ਉੱਧਰ ਸਾਬੂ ਮੰਡ, ਉਹ ਵੀ ਸਾਡਾ ਵੀਰ ਵਿਸ਼ੇਸ਼ ਤੌਰ ਤੇ ਆਇਆ ਹੋਇਆ ਹੈ। ਲਓ ਚਾਰ ਨੇ ਤੇ ਚਾਰਾਂ ਉੱਪਰ ਜਾਮਾ ਰਾਏ ਵਾਲੇ ਮੱਲ ਦੀ ਰੇਡ ਪੈ ਕੇ ਉਹ ਨੌਜਵਾਨ ਨੰਬਰ ਆਪਣੀ ਟੀਮ ਦੇ ਸਿਰ ਜੋੜ ਚੁੱਕਿਆ ਹੈ। ਉੱਧਰ ਯੋਗਾ ਸਿੱਧੂ ਕਨੇਡਾ, ਕਨੇਡਾ ਤੋਂ ਇੰਡੀਆ ਆਇਆ ਹੋਇਆ ਕੱਲ ਦਾ, ਕੱਲ ਜਾਂ ਪਰਸੋਂ ਦਾ ਆਇਆ ਹੈ, ਤੇ ਅੱਜ ਭਰਾ ਦਾ ਰਿੰਕੂ ਜੀ ਹੈਪੀ ਵਾਲਾ ਬਰਥਡੇ ਹੈ। ਲਾਲੀ ਸਿੱਧੂ ਨੱਥੂ ਚੱਕ ਵਾਲੇ ਭਰਾ ਨੂੰ ਮੁਬਾਰਕਾਂ, ਤੇ ਮੁਬਾਰਕਾਂ ਨੇ ਸਾਰੇ ਸਿੱਧੂ ਪਰਿਵਾਰ ਨੂੰ। ਪਰ ਸੁੱਖ ਆਉ ਮੱਖੀ ਕਲਾਂ ਵਾਲਾ ਨਛੱਤਰ ਸਿੰਘ ਦਾ ਸਪੁੱਤਰ, ਕਿ ਮੇਰੀ ਮੰਨ ਲੈ ਨਛੱਤਰਾ ਤੂੰ ਗੱਲ ਵੇ, ਜਿਹੜੀ ਮਰਜ਼ੀ ਕਚਹਿਰੀ ਲੈ ਚੱਲ ਵੇ। ਇਹ ਗੀਤਾਂ ਵਿੱਚ ਗੱਲਾਂ ਚੱਲ ਰਹੀਆਂ, ਅਗਲੀ ਰੇਡ ਤੇ ਬੋਲ ਬੂਟਾ ਜੀ ਦੇ। ਆਓ ਕਹਿੰਦੇ ਗੱਜਣ ਅਗਲੀ ਰੇਡ ਪਾਉਣ ਲਈ ਵਾਧਾ, ਚੂਸਲੇ ਵੜਦੀ ਧਰਤੀ ਹੈ। ਉਧਰ ਵੱਡਾ ਮੇਲਾ ਚੱਲਦਾ ਪੀਰ ਬਾਬਾ ਸਖੀ ਸੁਲਤਾਨ ਜੀ ਦਾ, ਸਾਰੇ ਸੁੱਖ ਪ੍ਰਧਾਨ ਬਾਈ ਹੋਰਾਂ ਦਾ, ਨਵਤੇਜ ਹੋਰਾਂ ਦਾ, ਨਵਜੋਤ ਹੋਰਾਂ ਦਾ, ਜੋਤ ਹੋਰਾਂ ਦਾ ਧੰਨਵਾਦ ਹੈ ਮੇਰੇ ਵੀਰੋ। ਔਰ ਤਕੜਾ ਮੈਚ, ਉਹ ਵੱਡੇ ਥੇ ਵਾਲਿਆ ਭੰਗੜਾ ਪਾ ਲੈ, ਭੰਗੜਾ ਪਾ ਲੈ, ਭੰਗੜਾ ਪਾ ਲੈ। ਆਓ ਸਾਹਮਣੇ ਮੇਰੇ ਮਿੱਤਰੋ ਗੁਰਦਿੱਤ ਦੇ, ਆਓ ਸੱਤੂ ਦੇ ਜੱਫੇ ਕਹਿੰਦੇ ਬੱਲੂ ਮਨਾਵੀਆਂ ਭਰਾ ਹੈ ਸਾਡਾ, ਸਰਬ ਹੈ, ਜੋਬਨ ਹੈ, ਗੀਤ ਹੈ, ਨਾਲ ਕਹਿੰਦੇ ਧੰਨਵਾਦ ਕਰ ਦੇਣਾ ਵੀਰਾਂ ਦਾ। ਕੁਲਜੀਤ ਆਸਟ੍ਰੇਲੀਆ ਵਾਲਾ ਕਹਿੰਦਾ 5,500 ਦੇ, ਇੱਧਰ ਕਹਿੰਦੇ ਹਰਪਾਲ ਤੇ ਬੁੱਢੇ ਥੇ ਵਾਲਾ ਨੂੰ ਮੇਰੇ ਮਿੱਤਰੋ। ਆਹ ਮੁੰਡਾ ਬਾਟਾ ਵੱਢ ਗਿਆ, ਅੱਜ ਦੇ ਦਿਨ ਦਾ ਫਾਈਨਲ ਖੇਡਿਆ ਜਾ ਰਿਹਾ। ਮਨੂ ਭਰਾ ਕਹਿੰਦੇ ਕਲੇਰ ਸਾਹਿਬ ਨੇ ਪਿੰਡ ਵੀ ਮੇਲਾ ਵੱਡਾ ਕਰਵਾ ਦਿੱਤਾ, ਬੈਸਟਾਂ ਨੂੰ ਬੁਲਟ ਦਿੱਤੇ ਹੈ, ਅੱਜ ਦੇ ਮੇਲੇ ਤੇ ਵੱਡਾ ਮਾਣ ਹੈ। ਜਿਵੇਂ ਅੰਮ੍ਰਿਤ ਕਹਿੰਦੇ ਬੁਲਟ ਜਿੱਤ ਗਿਆ, ਤੇ ਗੱਲਾਂ ਦੁਨੀਆਂ ਵਿੱਚ ਹੋਈਆਂ। ਇੱਧਰ ਗੱਜਣ ਦੀ ਰੇਡ ਤੇ ਰਾਣਾ ਗੱਲ ਕਰਦਾ ਹੋਇਆ, ਆਓ ਗੱਜਣ ਉਂਗਲ ਖੜੀ ਹੈ ਗੱਜਣ ਦੀ,
ਵੀਰਿਆ ਰਾਣਿਆ ਤੇਰੇ ਹੀ ਆਪੇ ਉੱਪਰ ਵੀ ਮਿੰਟੂ ਬਾਈ ਕਹਿੰਦਾ ਸਾਡਾ ਬਾਪੂ ਸ਼ਿੰਗਾਰਾ ਸਿੰਘ ਦਾ ਪੋਤਾ ਕਹਿੰਦੇ ਵੀ 5100 ਵੀਰੇ ਦੇ ਜੱਫਿਆਂ ਦਾ ਬਾਪੂ ਸ਼ਿੰਗਾਰ ਸਿੰਘ ਦੇ ਪੋਤੇ ਨੇ ਐਲਾਨ ਕੀਤਾ ਹੈ ਮੈਨੂੰ ਕਲੀਅਰ ਨੇ ਐਲਾਨ ਕੀਤਾ ਹੈ ਕਬੱਡੀ ਭੀਮ ਦੀ ਅਤੇ ਬੋਲ ਤੇਰੇ ਹੋਣਗੇ ਸੁਣਿਆ ਦੋਵੇਂ ਪਾਸੇ ਜਿੰਨੇ ਜੱਫੇ ਲੱਗਣਗੇ ਆਓ ਵੱਡੇ ਐਲਾਨ ਨੇ ਲਓ ਸਾਹਮਣੇ ਬਾਬੀ ਹਰਪਾਲ ਕਾਲਵਾ ਪਿੰਡ ਵਾਲਾ ਪਹਿਲਾਂ ਇੱਧਰ 500 ਰੁਪਇਆ ਦੇ ਦੀਏ ਜੀ ਸਰਦਾਰ ਇੰਦਰਜੀਤ ਸਿੰਘ ਜੀ ਸਰਦਾਰ ਲਖਵਿੰਦਰ ਸਿੰਘ ਜੀ ਅਮਰੀਕਾ ਵਾਲੇ ਪਹਿਲਵਾਨਾਂ ਦੇ ਲਾਣੇ ਵਿੱਚੋਂ ਕਹਿੰਦੇ ਚਾਹੇ ਇੱਧਰ ਜੱਫਾ ਲੱਗ ਜੇ ਤੇ ਚਾਹੇ ਇੱਧਰ ਬਹਾਦਰ ਬਾਬਾ ਗੱਲ ਚੱਲਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੋਰਨ ਦੋਵੇਂ ਪਾਸੇ ਜਿੰਨੇ ਜੱਫੇ ਲੱਗਣਗੇ 5-500 ਸਰਦਾਰ ਇੰਦਰਜੀਤ ਸਿੰਘ ਜੀ ਪਹਿਲਵਾਨ ਤੇ ਸਰਦਾਰ ਲਖਵਿੰਦਰ ਸਿੰਘ ਜੀ ਪਹਿਲਵਾਨ ਇਹਨਾਂ ਦੇ ਪਰਿਵਾਰਾਂ ਵੱਲੋਂ ਹੈ ਬੂਟਾ ਜੀ ਸਾਹਮਣੇ ਮੱਖੀ ਕਲਾ ਵਾਲਾ ਪਰਮਜੀਤ ਕੌਰ ਦਾ ਪੁੱਤਰ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਓਏ ਵੱਡਾ ਮੇਲਾ ਵੱਡਾ ਮੇਲਾ ਵੱਡਾ ਮੇਲਾ ਵੱਡਾ ਮੇਲਾ ਹੁਣ ਕੁਰਸੀਆਂ ਪਰੇ ਨੂੰ ਹੋਣ ਲੱਗੀਆਂ ਓਏ ਬੱਲੇ ਬੱਲੇ ਹੋ ਰਹੀ ਆ ਮੇਰੇ ਮਿੱਤਰੋ ਬਹਿ ਜਾਓ ਭਰਾ ਬਣ ਕੇ ਕਿਤੇ ਸੱਟ ਪੇਟ ਨਾ ਲੱਗੇ ਚੋਟੀ ਦਾ ਮੇਲਾ ਚੱਲਦਾ ਦਰਸ਼ਨ ਸਿੰਘ ਧਾਲੀਵਾਲ ਦਾ ਪੁੱਤਰ ਆਇਆ ਹੋਇਆ ਪ੍ਰਭ ਸਰਪੰਚ ਆਇਆ ਹੋਇਆ ਯਾਰਾਂ ਦਾ ਯਾਰ ਗੁਰਪਿਆਰ ਤੇ ਨਾਲ ਹਰਦੇਵ ਭਾਈ ਆਇਆ ਹੋਇਆ ਓਏ ਦਲਦਾਰ ਜੇ ਬੰਦੇ ਪੁੱਜੇ ਆ ਉਹ ਯਾਰ ਮੈਂ ਪਹਿਲਾਂ ਗੱਲ ਕੀਤੀ ਸੀ ਆ ਨੀਤਾਂ ਸੱਟ ਨੋਟਾਂ ਉੱਤੇ ਅਸੀਂ ਕਦੇ ਕਿਰਦਾਰ ਨਹੀਂ ਬਦਲੇ ਉਹੀ ਆ ਬੱਲਿਆ ਸਾਡੇ ਨੰਬਰ ਤੇ ਯਾਰ ਨਹੀਂ ਬਦਲੇ ਉਹੀ ਆ ਬੱਲਿਆ ਸਾਡੇ ਉਹ ਨੰਬਰ ਤੇ ਯਾਰ ਨਹੀਂ ਬਦਲੇ ਬਦਲਨੇ ਵੀ ਨਹੀਂ ਚਾਹੀਦੇ ਲਓ ਸਾਹਮਣੇ ਗੱਲਾਂ ਵੱਡੀਆਂ ਨੇ ਆਓ ਸਾਹਮਣੇ ਆਣੋ ਬੁੱਢਾ ਥੇ ਦੀ ਧਰਤੀ ਦਾ ਤੂਤ ਦੀ ਸ਼ਮਕ ਜਿਹਾ ਸਰੀਰ ਹੈ ਨੌਜਵਾਨ ਦਾ ਜਿਵੇਂ ਸ਼ਾਇਰ ਨੇ ਲਿਖਿਆ ਹੈ ਕਿ ਬੈਲ ਕੋ ਸ਼ਮਕ ਚਾਹੀਏ ਛੰਦਾ ਮੈਂ ਜਮਕ ਚਾਹੀਏ ਤੇ ਸੂਰਮਾ ਤਮਕ ਚਾਹੀਏ ਵਿੱਚ ਜੋ ਲੜਾਈਆਂ ਦੇ ਮਨ ਭਾਉਂਦਾ ਖਾਣਾ ਚਾਹੀਏ ਜੱਗ ਭਾਉਂਦਾ ਬਾਣਾ ਚਾਹੀਏ ਤੇ ਬੂਟਾ ਦੀ ਗਮੀ ਵਿੱਚ ਜਾਣਾ ਚਾਹੀਏ ਰੁੱਸੇ ਹੋਏ ਭਾਈਆਂ ਦੇ ਆਓ ਰੁੱਸੇ ਹੋਏ ਭਾਈਆਂ ਦੇ ਤਕੜਾ ਮੈਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਉਧਰ ਮਨੂ ਸ਼ਾਹ ਜੀ ਵੀ ਪੁੱਜ ਗਿਆ ਕਿਲਾ ਪੱਤੀ ਪਿੰਡ ਵਾਲੇ ਮੇਰੇ ਮਿੱਤਰੋ ਆੜਤੀਆ ਸਾਹਿਬ ਪ੍ਰਗਟ ਸਿੰਘ ਗਿੱਲ ਦੇ ਪੁੱਤਰ ਦੇ ਚਰਚੇ ਆ ਇਧਰ ਹਰਮਨ ਅਤੇ ਗੱਜਣ ਉਹ ਮੇਲਾ ਵੱਡਾ ਚੱਲਦਾ ਉਹ ਮੇਲਾ 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 ਵੱਡਾ ਚੱਲਦਾ ਯਾਰਾਂ ਦੇ ਯਾਰ ਆਏ ਆ ਪ੍ਰਭ ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਚੁਗਲ ਬਾਜ ਦੀ ਚੁਗਲੀ ਤੋਂ ਬਾਜ ਆਉਂਦਾ ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਢੈਂਦਿਆਂ ਢੈਂਦਿਆਂ ਢਹਿ ਜਾਂਦਾ ਉਹ ਜੇਕਰ ਪੱਠੇ ਨੂੰ ਪੂਰਾ ਦਈਏ ਨਾ ਤਾਂ ਤੇ ਪੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਇੱਧਰ ਟੱਕਰ ਚੋਟੀ ਦੀ ਹੈ ਗੱਲ ਸਿਰੇ ਦੀ ਹੈ ਗੱਲ ਟਿਕਾਣੇ ਲੱਗੀ ਹੋਈ ਹੈ ਗੁਰਦਿੱਤਾ ਭੀਮ ਹੈ ਓਏ ਗੁਰਦਿੱਤਾ ਭੀਮ ਹੈ ਓਏ ਗੁਰਦਿੱਤਾ ਭੀਮ ਭੱਜ ਭੱਜ ਆਓ ਨੰਬਰ ਚੋਟੀ ਦਾ ਗੱਲ ਖੜੀ ਸੀ ਮੇਰੇ ਮਿੱਤਰੋ ਖੇਡ ਕਬੱਡੀ ਵੱਡੀ ਆ ਆਓ ਚੋਟੀ ਦਾ ਮੈਚ ਫੇਰ ਸੁਣਾਵਾਂਗੇ ਉਹ ਹਰਦੇਵ ਹਾਫ ਸਮੇਂ 'ਚ ਗੱਲ ਟਿਕਾਣੇ ਲਾਵਾਂਗੇ ਜਾਂ ਮਹਾਰਾਜ ਦੀ ਰੇਡ ਪੈ ਰਹੀ ਹੈ ਉਧਰ 5100 ਦੇ ਜੱਫੇ ਹੋਣੇ ਆ ਤੇ ਰਾਣਾ ਗੱਲ ਕਰਦਾ ਆਓ 5100 ਤੇ 5-500 ਇੱਧਰੋਂ ਪਾ ਕੇ 5600 ਦੀ ਗੱਲ ਚੱਲੇਗੀ ਪਰ ਦੋਵੇਂ ਪਾਸੇ ਕੁਝ ਮੱਲਾਂ ਤੇ ਮਾਇਆ ਵੀ ਲੱਗੀ ਹੋਈ ਹੈ ਚੱਲ ਵੀ ਸੁੱਖ ਮੱਖੀ ਕਲਾ ਵਾਲਿਆ ਜੱਟਾ ਪਾਖਾ ਕਬੱਡੀ ਉਧਰ ਮੱਖਣ ਸੰਧੂ ਸਾਡਾ ਭਰਾ
ਕਿਉਂਕਿ ਕੱਲ ਐਕਸੀਡੈਂਟ ਹੋਇਆ ਗੱਡੀ ਦਾ। ਔਰ ਗੋਪੀ ਸਾਡਾ ਵੀਰ ਹੈ ਤੇਜਾ ਸਿੰਘ ਵਾਲਾ ਨਾਲ ਬਲਕੀਤ ਗੁਲਜ਼ਾਰੀ ਚੱਕ ਸਿਕੰਦਰ ਤੇ ਹੈਪੀ ਢਿੱਲੋਂ ਗੁਰਪ੍ਰੀਤ ਸਿੰਘ ਢਿੱਲੋਂ ਦਾ ਪੁੱਤਰ ਪੱਧਰੀ ਵਾਲਾ ਸੱਚੇ ਪਾਤਸ਼ਾਹ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਪਰ ਸਾਹਮਣੇ ਸੁਪਰ ਇਹਨੂੰ 31,000 ਦਿੰਦਾ, ਇਹਨੂੰ 31,000। ਓਏ ਬਾਈ ਸਲਵਿੰਦਰ ਤੇਰੇ ਵਾਲਾ ਲਫਾਫਾ ਬੁੜਕਦਾ ਦੀਂਦਾ। ਉਧਰ ਰਾਜਵਿੰਦਰ ਬੈਠਾ, ਰਾਜਵੀਰ ਆੜਤੀਆ ਸਾਹਿਬ ਬੈਠੇ ਆ, ਉਹ ਕਹਿੰਦੇ 75,000 ਪ੍ਰਬੰਧ ਕਮੇਟੀ ਸੰਗਤ ਦਾ ਤੇ ਨਾਲ ਉਧਰ ਕਹਿੰਦੇ ਲੱਖ ਮਿੰਟੂ ਬਾਈ ਵਾਲਾ, ਉਹ ਕਹਿੰਦੇ ਵੱਡੇ ਪ੍ਰਾਈਜ ਅੱਜ ਦੇ ਮੇਲੇ ਦੇ ਆ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂਗਾ। ਨਰਿੰਦਰ ਸਿੰਘ ਜੀ ਸਰਪੰਚ ਬੈਠੇ ਹੋਏ ਆ, ਸਾਰੇ ਸਤਿਕਾਰ ਜੋ ਵੀਰ ਨੇ ਵੱਡੇ ਥੇ ਵਾਲਿਆ, ਪਾਦੇ ਜੋੜ ਜੋੜ ਕੇ ਜੋੜ ਜੋੜ ਕੇ ਪਾਉਣੀਆਂ ਪੈਣੀਆਂ। ਸੁੱਖ ਪ੍ਰਧਾਨ ਜੀ ਕਹਿ ਰਹੇ ਕਿ ਮਾਸਟਰ ਮਨਦੀਪ ਜੀ ਨੂੰ ਆਪਾਂ ਅੰਦਰ ਸੱਦ ਲਈਏ ਗਰਾਊਂਡ ਦੇ। ਮਾਸਟਰ ਮਨਦੀਪ ਅੰਦਰ ਆ ਜਾਈਏ ਗਰਾਊਂਡ ਦੇ। ਪਰ ਸਾਹਮਣੇ ਛੋਟਾ ਗੁਰਦਿੱਤ, ਛੋਟਾ ਗੁਰਦਿੱਤ ਕਰਦਾ ਚਿੱਤ, ਇਹ ਹੁੰਦੀ ਹੋਈ ਬੱਲੇ ਬੱਲੇ ਆ ਚਾਹੁੰਦੀ ਸੀ ਦੁਨੀਆ, ਮਿੰਟੂ ਆ ਬਾਈ ਚਾਹੁੰਦੀ ਸੀ ਦੁਨੀਆ। ਆ ਨਜ਼ਾਰੇ ਵੱਜੇ ਹੋਇਆ, ਓਏ ਗੱਜਣਾ ਗੱਜ ਲੈ ਅੱਜ, ਗੱਜਣਾ ਗੱਜ ਲੈ ਅੱਜ। ਓਏ ਮੱਲਾ ਉਧਰ ਸੁਖੇ ਰਨਾਵੇ ਦਾ ਕੀਪੇ ਟਾਂਡੇ ਅਮਰੀਕਾ ਵਾਲੇ ਦਾ ਜਿਗਰੀ ਯਾਰ, ਕਹਿੰਦੇ ਚੋਲਾ ਸਾਹਿਬ ਦਾ ਅਰਸ਼ ਇਧਰ ਆ, ਕਹਿੰਦੇ ਚੱਬੇ ਪਿੰਡ ਤੋਂ ਚੱਲ ਕੇ ਆਇਆ, ਆਓ ਚੱਬੇ ਪਿੰਡ ਤੋਂ ਗੁਲਾਬ ਚੱਲ ਕੇ ਆਇਆ। ਪਰ ਗੱਜਣ ਕਮਾਲ ਕਰੀ ਆਉਂਦਾ ਇੰਦਰਜੀਤ ਸਿੰਘ ਜੀ ਹੈੱਡ ਮੁਨਸ਼ੀ ਸਾਹਿਬ ਦਾ, ਵੱਡੇ ਪੱਧਰ ਤੇ ਵੱਡਾ ਧੰਨਵਾਦ। ਉਧਰ ਅਗਲੀ ਰੇਡ ਕਿਹੜੇ ਨੌਜਵਾਨ ਨੇ ਪਾਉਣੀ ਹੈ? ਓ ਬੂਟਾ ਜੀ ਸੁੱਖ ਮੱਖੀ ਵਾਲਾ ਤੁਰਿਆ ਆਉਂਦਾ, ਮੱਖੀ ਕਲਾਂ ਵਾਲਾ ਸੁੱਖ ਤੁਰਿਆ ਆਉਂਦਾ ਹੈ। ਚਾਰ ਨੇ ਆਓ ਸਾਹਮਣੇ, ਕਹਿੰਦੇ ਚਾਰੇ ਕੰਮੂ ਉਸਤਾਦ ਦੇ ਚੰਡੇ ਚੇਲੇ ਬਾਲ ਕੇ ਆਏ, ਚਾਰੇ ਸਿੱਖ ਸਰਦਾਰ ਤੇ ਚਾਰੇ ਸੁਪਰ ਸਟਾਰ। ਇਹ ਸਾਹਮਣੇ ਲੱਗਦਾ ਯੋਰ ਸੁੱਖ ਮੱਖੀ ਵਾਲਾ, ਮੱਖੀ ਵਾਲਾ ਆਓ ਸਾਹਮਣੇ ਗੁਰਦੇ ਮੱਖੀ ਵਾਲਿਆ, ਮੱਖੀ ਵਾਲਿਆ, ਮੱਖੀ ਵਾਲਿਆ, ਮੱਖੀ ਵਾਲਿਆ ਬਾਲਾ ਤਗੜਾ, ਓਏ ਮੱਖੀ ਵਾਲਿਆ ਬਾਲਾ ਤਗੜਾ, ਓਏ ਮਾਂ ਪਰਮਜੀਤ ਕੌਰ ਦਾ ਪੁੱਤਰ ਬਾਲਾ ਤਗੜਾ। ਉਧਰ ਵੀ ਥਾਪੀਆਂ, ਇਧਰ ਵੀ ਥਾਪੀਆਂ ਕਿ ਸਾਰਾ ਰੌਲਾ ਹੀ ਨਾਵਾਂ ਦਾ, ਮਾਰਦੇ ਪੱਟਾਂ ਤੇ ਥਾਪੀਆਂ। ਆਓ ਦੁੱਧ ਪੀਤਾ ਜਿੰਨਾ ਮਾਵਾਂ ਦਾ, ਆਓ ਦੁੱਧ ਪੀਤਾ ਜਿੰਨਾ ਮਾਵਾਂ ਦਾ। ਕਿੰਨੇ ਕਿੰਨੇ ਨੰਬਰ ਆ ਦੋ ਟੀਮਾਂ ਦੇ ਦੱਸੀਏ ਬਾਈ। ਓਏ ਨਜ਼ਾਰਾ ਆਉਂਦਾ ਚੂਸਲੇ ਬੜ ਵਾਲੇ ਹੋ ਕੇ ਨਹੀਂ, ਹੁਣ ਮੇਲਾ ਗੂੰਜਿਆ, ਹੁਣ ਪਤਾ ਲੱਗਿਆ ਵੀ ਚੂਸਲੇ ਅਰਚ ਜੋ ਵੀ ਸਨਮਾਨ ਦੇਣਾ ਹੈ ਕਰੀਏ ਸਨਮਾਨ। ਡਾਕਟਰ ਕਸ਼ਮੀਰ ਸਿੰਘ ਮੋਲਾ ਨਾਲ ਧਾਲੀਵਾਲ ਵੱਡੀ ਪਿਆਰ ਦੇ ਕੇ ਗਏ ਹੈ, ਧੰਨਵਾਦ ਵੀਰਾਂ ਦਾ। ਆਰੀਏ ਦੇ ਆਰੀਏ ਸਨਮਾਨ ਜੀ, ਵੀਰੇ ਆ ਜਾ ਭੱਜ ਕੇ, ਕਾਕਾ ਕਲੇਰ ਜੀ ਆਰੀਏ ਨਾਲ। ਬੂਟਾ ਜੀ ਮੈਂ ਤਾਂ ਕਹਿੰਦਾ ਇੱਥੇ ਲਾਗੇ ਦੇ ਆਰੀਏ, ਮਾਸਟਰ ਮਨਦੀਪ ਵੀ ਆ ਗਿਆ, ਵਿੱਕੀ ਮਾਸਟਰ ਬੜਾ ਯਾਦ ਕਰਦਾ। ਮਨੂ ਜੀ ਆਈਏ ਨਾਲ ਇੱਧਰਲੇ ਪਾਸੇ,
ਸਰਹਾਲੀ ਸਾਹਿਬ ਵਾਲੇ ਵੀਰੇ ਦਾ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ, ਕਰਮਾਂ ਭਾਗਾਂ ਵਾਲੀ ਧਰਤੀ ਹੈ ਵੀਰਾ ਸਰਹਾਲੀ ਸਾਹਿਬ। ਮੇਰੇ ਖਿਆਲ ਵੀਰਿਆ ਆਹ ਆਪਣੀ ਭੈਣ ਦਾ ਪਿੰਡ ਹੈ ਨਾ, ਭੈਣ ਇੱਥੇ ਵਿਆਹੀ ਹੋਈ ਹੈ ਔਰ ਅੱਜ ਵੱਡੇ ਮਾਣ ਸਨਮਾਨ ਇਸ ਵੱਡੇ ਮੱਲ ਦੇ ਕੀਤੇ ਜਾ ਰਹੇ ਹੈ। ਤੰਤਰ ਪੀਰ ਬਾਬਾ ਸ਼ਖੀ ਸੁਲਤਾਨ ਜੀਆਂ ਦੀ ਕਮੇਟੀ ਵੱਲੋਂ ਨਾਲ ਮਿੰਟੂ ਆਸਟ੍ਰੇਲੀਆ ਸਾਡੇ ਵੀਰ ਨੇ ਤੇ ਮੈਨੂੰ ਲੱਗਦਾ ਬੂਟਾ ਜੀ ਅਗਲਾ ਸਨਮਾਨ ਦਾਸ ਸਿੰਘਪੁਰੀਏ ਰਾਣੀ ਦਾ ਅੱਜ ਦੇ ਮੇਲੇ ਤੇ ਸਾਡਾ ਵੀਰ ਹੈ ਬਾਈ ਮਿੰਟੂ ਆਸਟ੍ਰੇਲੀਆ ਸਰਦਾਰ ਸ਼ਿੰਗਾਰ ਸਿੰਘ ਦਾ ਪੋਤਾ ਨਿਰਮਲ ਸਿੰਘ ਦਾ ਪੁੱਤਰ ਸਿੰਘਪੁਰੀਏ ਰਾਣੀ ਦਾ 5500 ਦਾ ਸਨਮਾਨ ਆਉਂਦੇ ਸਾਲ ਹਰਸਾਲ ਸਿੰਘ ਜੀ ਸਰਪੰਚ ਦਾ ਪੁੱਤਰ ਹੈ ਮਨਦੀਪ ਬਾਈ ਉਹਨੇ ਸਨਮਾਨ ਕਰਨਾ ਗੋਲਡ ਰਿੰਗ ਦੇ ਨਾਲ। ਇੱਧਰ ਵੀਰ ਹੈ ਸਾਡੇ ਬਾਈ ਮਨੂ ਕਲੇਰ ਜੀ ਆਇਆ ਭਰਾ ਸਾਡਾ ਉਹਦੇ ਫਾਦਰ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਨਿਹੰਗ ਕਲੇਰ ਸਾਹਿਬ ਉਹਨਾਂ ਦੇ ਚਾਚਾ ਜੀ ਸਰਦਾਰ ਹਰੀ ਸਿੰਘ ਜੀ ਕਲੇਰ ਸਾਹਿਬ ਤੇ ਨਾਲ ਸਾਡਾ ਵੀਰ ਹੈ ਪਿੰਦਾ ਕਲੇਰ UK ਤੋਂ ਮੈਂ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਾਂਗਾ। ਮੈਚ ਵੀ ਚੋਟੀ ਦਾ ਉਹ ਪ੍ਰਭ ਜੀ ਗੱਲ ਵਿਚਕਾਰ ਹੀ ਰਹਿ ਗਈ ਸੀ ਆਪਾਂ ਪੂਰੀ ਕਰ ਦਿੰਦੇ ਹਾਂ ਕਿ ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਚੁਗਲਬਾਜ਼ ਨਹੀਂ ਚੁਗਲੀ ਤੋਂ ਬਾਜ਼ ਆਉਂਦਾ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ। ਔਰ ਸਾਹਮਣੇ ਕਹਿੰਦੇ ਮੈਚ ਵੀ ਸੋਹਣਾ ਖੇਡਿਆ ਜਾਊਗਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਢੈਂਦਿਆਂ ਢੈਂਦਿਆਂ ਢਹਿ ਜਾਂਦਾ ਵਾਰਾ ਕੁੱਤੇ ਨੂੰ ਜੇਕਰ ਛੇੜੀ ਜਾਈਏ ਉਹ ਪੈਂਦਿਆਂ ਪੈਂਦਿਆਂ ਪੈ ਜਾਂਦਾ ਜੇ ਘਰ ਦਾ ਭੇਤੀ ਗਦਾਰ ਹੋ ਜੇ ਉਹ ਜੜਾਂ 'ਚ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਜਿਹੜੇ ਪੱਠੇ ਨੂੰ ਪੂਰਾ ਨਾ ਤਾ ਦਈਏ ਤੇ ਪੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਜਿਹੜੇ ਬੰਦੇ ਦਾ ਨਹੀਂ ਉਮਰਸਰ ਵਿਆਹ ਹੁੰਦਾ ਉਹ ਰਹਿੰਦਿਆਂ ਰਹਿੰਦਿਆਂ ਰਹਿ ਜਾਂਦਾ। ਆ ਯਾਰ ਕਰੀਏ ਗੱਲ ਖੇਡ ਕਬੱਡੀ ਦੀ ਜੇਕਰ ਇਹ ਲਫ਼ਜ਼ ਵਧੀਆ ਲੱਗੇ ਬੂਟੇ ਬਾਈ ਦੀ ਇੱਕ ਜ਼ੋਰਦਾਰ ਤਾੜੀ। ਬੂਟਾ ਬਾਈ ਸਾਡਾ ਵੀਰ ਇਹਨਾਂ ਖੇਡ ਮੇਲਿਆਂ ਦੀ ਸ਼ਾਨ ਹੈ ਇਹਨਾਂ ਖੇਡ ਮੇਲਿਆਂ ਦਾ ਮਾਣ ਹੈ ਵੀਰ ਬੂਟਾ ਉਮਰੀਆਣਾ ਯਾਰਾਂ ਦਾ ਯਾਰ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ। ਜਾਉਂਦੇ ਵਸਦੇ ਰਹੋ ਭਰਾ ਵੀਰੋਂ ਤੁਸੀਂ ਘਰਾਲਾ ਸਾਹਿਬ ਕਿੱਥੇ ਕੁ ਦੰਦਾੜ ਗਿਆ ਕਿੱਥੇ ਕੁ ਦੰਦਾੜ ਗਿਆ ਚਲਾਈਏ ਮੈਚ। ਇੱਧਰ ਬੌਂਸਰ ਭਰਾਵਾਂ ਦਾ ਵੀ ਪ੍ਰਬੰਧ ਕਮੇਟੀ ਵੱਲੋਂ ਸਨਮਾਨ ਹੋਵੇਗਾ ਦੋਵੇਂ ਪਾਸੇ ਬੂਟਾ ਦੀ 5-500 ਪਹਿਲਵਾਨਾਂ ਦੇ ਲਾਣੇ ਵਿੱਚੋਂ ਫੇਰ ਐਲਾਨ ਕਰ ਰਹੇ ਆ ਪਹਿਲਵਾਨਾਂ ਦੇ ਲਾਣੇ ਵਿੱਚੋਂ ਇੰਦਰਜੀਤ ਸਿੰਘ ਜੀ ਗੱਲ ਹੈ ਕੈਪਟਨ ਸਾਡੇ ਸਰਦਾਰ ਦਿਆਲ ਸਿੰਘ ਜੀ ਵੱਡੇ ਭਰਾ ਤੇ ਲਖਵਿੰਦਰ ਆਇਆ USA ਵਾਲਾ ਭਰਾ ਸਾਡਾ ਵੱਡੇ ਮਾਨ ਹੋਣਗੇ ਉਹ ਇਸ ਪਰਿਵਾਰ ਨੇ ਚੂਸਲੇ ਬੜ ਦਾ ਨਾਮ ਜਿੱਥੇ ਜਿੱਥੇ ਦੁਨੀਆਂ ਵੱਸਦੀ ਹੈ ਦੁਨੀਆਂ ਦੇ ਕਹਿੰਦੇ ਭਲਵਾਨੀ ਦੇ ਫੈਨ ਵੱਸਦੇ ਆ ਪੰਜਾਬੀ ਵੱਸਦੇ ਆ ਚੂਸਲੇ ਵੜ ਦਾ ਨਾਮ ਵੱਡਾ ਓਏ ਚੱਕਰ ਜਿਹਾ ਕੀ ਬਣਿਆ ਫਿਰਦਾ ਕਿਰਾਲ ਸਾਹਿਬ ਹਨੇਰਾ ਹੁੰਦਾ ਪਟਾਕੇ ਪੈਂਦੇ ਵੇਖ ਲਈਏ ਇਹ ਰਾਜਵੀਰ ਸਿੰਘ ਆਰਤੀਆ ਸਾਹਿਬ ਵੱਡੇ ਪਿਆਰ ਵੱਡੇ ਆਸ਼ੀਰਵਾਦ ਲਓ ਸਾਹਮਣੇ ਮੈਨੂੰ ਲੱਗਦਾ ਸਾਈਡਾ ਚੇਂਜ ਹੋ ਗਈਆਂ ਸਾਈਡਾਂ ਚੇਂਜ ਹੋ ਗਈਆਂ ਆ ਚੋਟੀ ਦਾ ਮੁਕਾਬਲਾ ਆ ਓਹੀਓ ਨੌਜਵਾਨ ਜਿਹੜਾ ਜਹਾਜ਼ ਬਣਾਉਂਦਾ ਜਿਹੜਾ ਹੰਦਿਆਂ ਚ ਆ ਕੇ ਆਓ ਜਿਹੜਾ ਜਹਾਜ਼ ਬਣਾਉਂਦਾ ਜਹਾਜ਼ ਵੀ ਗੱਲ ਵੱਖਰੀ ਆ ਉਧਰ ਸੁਖਮਨ ਜਹਾਜ਼ ਨੂੰ ਯਾਦ ਕਰੀਏ ਆਓ ਮੱਲਾਂ ਦੀ ਵੱਡੀ ਗੱਲ ਹੈ ਮੇਰੇ ਮਿੱਤਰੋ ਗੱਜਣ ਅਰਸ਼ ਤਿਆਰੀ ਫੜ ਮੱਲਾ ਤਿਆਰੀ ਫੜ ਮੱਲਾ ਉਧਰ ਕੌਣ ਹੈ ਬਾਜੂ ਹੈ ਨੌਜਵਾਨ ਨੰਬਰ ਕਹਿੰਦੇ ਗੱਜਣ ਦਾ ਗੱਜਣ ਵੀ ਬਾਹਲਾ ਤਕੜਾ ਹੈ ਸਾਡਾ ਕਹਿੰਦੇ ਮਨਜਿੰਦਰ ਚੱਕੀ ਆਇਆ ਹੋਇਆ ਰਮਦਾਸ ਵਾਲਾ ਯਾਰੀ ਆ ਮੈਨੂੰ ਕਲੇਰ ਦੇ ਨਾਲ ਪਿਆਰ ਹੈ ਆਓ ਜੱਗਾ ਆ ਗਿਆ ਜੱਗਾ ਇੱਕ ਜੱਗਾ ਅਲਗੋਂ ਵਾਲਾ
ਇੱਕ ਜੱਗਾ ਚੇਟੀ ਵਾਲਾ, ਇੱਕ ਆ ਜੱਗਾ ਦਿਆਲਪੁਰੀ ਆ। ਧੰਨ ਧੰਨ ਬਾਬਾ ਰਾਮੂ ਸਾਹਿਬ ਜੀਆਂ ਦੀ ਅਪਰ ਅਪਾਰ ਕਿਰਪਾ ਹੈ ਉਸ ਧਰਤੀ ਤੇ। ਲਓ ਸਾਹਮਣੇ ਕਹਿੰਦੇ ਨੌਜਵਾਨ ਰੇਡ ਪੌਲੀ ਵਧਿਆ ਹੋਇਆ ਹੈ ਤੇ ਚੌਹਾਂ ਵਿੱਚੋਂ ਨੌਜਵਾਨ ਲੱਗਿਆ ਟੁੱਟ ਕੇ ਹਰ ਜਾ ਪਿੱਛੇ। ਇਕੱਤੀ ਇਕੱਤੀ ਹਜ਼ਾਰ, ਇਕੱਤੀ ਇਕੱਤੀ ਹਜ਼ਾਰ ਅੱਜ ਦੇ ਵੈਸਟਾਂ ਦੇ ਲਈ ਤੇ ਜੱਗਾ ਭੱਜ ਗਿਆ ਹੈ। ਇੱਧਰ ਸਰਦਾਰ ਇੰਦਰਜੀਤ ਸਿੰਘ ਜੀ, ਸਰਦਾਰ ਲਖਵਿੰਦਰ ਵਾਲੇ, ਹਰ ਗੁਰਜੰਤ ਤੇਰੇ ਜੱਫਿਆਂ ਦਾ 5500 ਪਹਿਲਾਂ ਹੀ ਭਰਾਵਾਂ ਨੇ ਲਾਇਆ ਹੋਇਆ। ਸਾਡੇ ਗੋਬਿੰਦ ਖਹਿਰਾ, ਸਾਡਾ ਬੱਲੂ ਮਨਾਵੀਆਂ ਨਾਲ, ਆ ਵੀਰ ਸਾਡਾ ਸਰਬ ਨਾਲ, ਜੋਬਨ ਤੇ ਜਸਕਰਨ ਤੇ ਗੀਤ ਤੇ ਕੁਲਜੀਤ ਖਹਿਰਾ ਔਰ ਗੋਪੀ ਵੀਰਾ, ਆਓ ਜੁੜੀਏ ਖੇਡ ਕਬੱਡੀ ਨਾਲ। 5500 ਹੋਵੇਗਾ ਗੁਰਦੱਤ ਦੇ ਇੱਕੋ ਜੱਫੇ ਦਾ, 1100 ਪਰ ਵੀਰਾ ਸਰਹਾਲੀ ਵਾਲਾ। ਓਏ ਮੇਰੇ ਮਿੱਤਰੋ, ਭੰਗੜੇ ਪਵਾ ਗਿਆ, ਦੁਨੀਆ ਨੱਚਾ ਗਿਆ। ਗੁਰਦਿੱਤ ਦਾ ਇੱਕ ਜੱਫਾ, ਤਿੰਨ ਜੱਫੇ 2100 ਦੇ ਹੋਣਗੇ ਮੇਰੇ ਵੀਰੋ। ਨੋਟਾਂ ਦੀ ਵਰਖਾ ਹੋ ਗਈ ਸੁੱਖ, ਸਰਪੰਚ ਰਾਜ ਆਉਗੀ ਬਣ ਗਿਆ, ਆਉਗੀ ਬਣ ਗਿਆ, ਆਉਗੀ ਬਣ ਗਿਆ। ਉਧਰਲੇ ਪਾਸੇ, ਉਧਰਲੇ ਪਾਸੇ, ਇਧਰਲੇ ਪਾਸੇ, ਇਧਰਲੇ ਪਾਸੇ ਬਾਈ ਕਬੱਡੀ, ਥੋੜਾ ਗਰਾਊਂਡ ਕਲੀਅਰ ਕਰੋ ਯਾਰ, ਸਵਾਦ ਨਹੀਂ ਆ ਰਿਹਾ, ਆ ਕੀ ਬਣ ਗਿਆ ਯਾਰ। ਭਰਾ ਬਣ ਕੇ ਹੁਣ ਨੋਟਾਂ ਦੀ ਵਰਖਾ ਆਪਾਂ ਨਾ ਕਰੀਏ, ਉੱਦਾਂ ਫੜਾ ਦਿਆ ਕਰੋ। ਉਹ ਯਾਰ ਬਹਿ ਜਾਓ ਵੀਰ ਬਣ ਕੇ, ਬਹਿ ਜਾਓ ਭਰਾ ਬਣ ਕੇ। ਉਧਰ ਵੀਰ ਆ ਸਾਡਾ ਸੁੱਚਾ ਸਿੰਘ ਜੀ ਕਾਲੇ ਮਹਿਰੀਏ ਔਰ ਉਹਨਾਂ ਦੇ ਪੋਤਰੇ, ਕਹਿੰਦੇ ਵੀਰ ਆ ਸਾਡਾ ਗੁਰਸੇਵਕ ਯਰਮਨ ਦੇ ਵਿੱਚ ਰਹਿੰਦਾ, ਉਹ ਕਹਿੰਦਾ ਗੁਰਦਿੱਤ ਦੇ ਇੱਕੋ ਜੱਫੇ ਦਾ 1100 ਦਿੱਤਾ ਜਾਵੇਗਾ ਜੇ ਨਹੀਂ ਜੱਫਾ ਲੱਗਦਾ ਰੇਡਰ ਨੂੰ। ਬੂਟਾ ਜੀ ਵੀਰ ਕਹਿ ਰਹੇ ਆ ਕਿਉਂਕਿ ਪਲੇਅਰਾਂ ਵੀ ਖੁਦ ਕਿਹਾ ਹੈ ਕਿ ਜਿਹੜੇ ਪੈਸੇ ਮਾਰ ਕੇ ਸੁੱਟ ਦਿਓ ਤੁਹਾਡਾ ਧੰਨਵਾਦ, ਪਰ ਨਾ ਕਰੋ ਏਦਾਂ ਬਾਈ, ਏਦਾਂ ਨਾ ਕਰੋ। ਹਰ ਕੀਰਤ ਗਿੱਲ ਭਲਵਾਨਾਂ ਦੇ ਲਾਣੇ ਵਿੱਚੋਂ ਵੱਡੇ ਪਿਆਰ ਨੇ ਇੰਦਰਜੀਤ ਸਿੰਘ ਜੀ, ਜੁੱਧ ਵੀਰ ਦੇ ਫਾਦਰ ਸਾਹਿਬ ਸਰਦਾਰ ਹਰਭਜਨ ਸਿੰਘ ਜੀ 500 ਭੀਰੇ ਲਈ ਪੁੱਜਦਾ ਕਰਦੇ ਆ। ਉਧਰ ਇੰਦਰਜੀਤ ਸਿੰਘ ਜੀ ਗੱਲ ਸਾਹਿਬ, ਉਹ ਕਹਿੰਦੇ 500 ਸਾਡੇ ਤੋਂ ਫੜ ਕੇ ਲੈ ਜਾਓ। ਸਰਦਾਰ ਲਖਵਿੰਦਰ ਸਿੰਘ ਜੀ USA ਉਹਨਾਂ ਨੇ ਪੁੱਜਦਾ ਕੀਤਾ ਮੱਖੀ ਵਾਲਾ। ਪਰ ਉਧਰਲੇ ਪਾਸੇ ਬੂਟਾ ਜੀ ਭੰਗੜੇ 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 ਪੈ ਗਏ, ਲੋਕ ਨਜ਼ਾਰੇ ਲੈ ਗਏ ਫੇਰ ਯਾਰ, ਆ ਕੀ ਬਣਦਾ ਯਾਰ। ਬਾਈ ਪਲੀਜ਼ ਇੱਕ ਮਿੰਟ ਰੋਕੋ ਯਾਰ, ਮੈਚ ਰੋਕੋ ਪਲੀਜ਼। ਭਰਾ ਬਣ ਕੇ ਯਾਰ ਪੈਸੇ ਵਾਰ ਕੇ ਇਹਨਾਂ ਦੇ ਸਿਰ ਤੋਂ ਨਾ ਸਿੱਟੋ, ਰੱਬ ਨੇ ਸਾਰਾ ਕੁਝ ਦਿੱਤਾ ਹੱਥ ਪੈਰ। ਭਰਾ ਬਣ ਕੇ ਮਿਹਨਤ ਤੁਹਾਡੇ ਚਰਨਾਂ 'ਚ ਯਾਰ, ਮੈਚ ਖਰਾਬ ਹੋਈ ਜਾਂਦਾ ਯਾਰ। ਤੁਹਾਡਾ ਧੰਨਵਾਦ ਸਤਿਕਾਰ, ਵਾਰ ਕੇ ਮੁੰਡੇ ਨੂੰ ਹੱਥ 'ਚ ਫੜਾ ਦਿਓ ਪੈਸੇ। ਗੁਰਿੰਦਰ ਕਹੋ ਯਾਰ ਵੀਰਾਂ ਨੂੰ ਏਦਾਂ ਦਾ ਮੈਚ ਹੀ ਨਹੀਂ ਹੋਣਾ ਯਾਰ। ਹੁਣ ਏਦਾਂ ਨਹੀਂ ਵੀਰ ਬਣ ਕੇ, ਭਰਾ ਬਣ ਕੇ, ਕਿਉਂਕਿ ਮੇਲਾ ਖਰਾਬ ਹੁੰਦਾ। ਸੁੱਖ ਪ੍ਰਧਾਨ ਕਹਿ ਦਈਏ ਵੀਰਾਂ ਨੂੰ, ਆਪਣੇ ਵੀਰ ਹੀ ਹੈ ਆ। ਸੁੱਖ ਮੱਖੀ ਲਈ ਸਾਡੇ ਸਰਦਾਰ ਹਰਭਜਨ ਸਿੰਘ ਜੀ, ਉਹਨਾਂ ਵੱਲੋਂ ਵੱਡੇ ਪਿਆਰ ਹੋਣਗੇ ਜੋਧੇ ਦੇ ਫਾਦਰ ਸਾਹਿਬ। ਮੇਰੀ ਵੀਰਾਂ ਨੂੰ ਬੇਨਤੀ ਹੈ ਯਾਰ, ਪੈਸੇ ਜਿੰਨੇ ਮਰਜ਼ੀ ਦੇ ਦਿਓ, ਜਿੰਨੇ ਮਰਜ਼ੀ ਬੁਲਾਓ, ਪਰ ਭਲਵਾਨਾਂ ਦੇ ਉੱਪਰ ਵਾਰ ਕੇ ਨਾ ਸੁੱਟੋ ਯਾਰ, ਮੈਚ ਖਰਾਬ ਹੁੰਦਾ। ਵੀਰ ਬਣ ਕੇ ਤੁਸੀਂ ਵੱਡੇ ਹੋ, ਬਹਿ ਜਾਓ ਬਣ ਕੇ, ਵੇਖੋ ਮੈਚ ਬਾਅਦ ਚੋਟੀ ਦਾ। ਆ ਛੋਟਾ ਗੁਰਦਿੱਤ ਜੱਫਾ ਲਾ ਗਿਆ ਬਾਗ, ਇੱਕ ਵਾਰੀ ਮੈਚ ਰੋਕ ਯਾਰ, ਪਲੀਜ਼ ਮੈਚ ਰੋਕੋ। ਭਰਾ ਬਣ ਕੇ ਯਾਰ ਗਰਾਊਂਡ ਕਲੀਅਰ ਕਰੋ। ਸਰਪੰਚ ਸਾਹਿਬ ਬਹਿ ਰਹੀਏ ਥੋੜਾ, ਬਹਿ ਜਾਓ ਭਰਾ ਬਣ ਕੇ ਯਾਰ, ਆਪਾਂ ਆਪ ਹੀ ਆਪਣਾ ਮੇਲਾ ਖਰਾਬ ਕਰੀ ਜਾਂਦੇ ਆ, ਬਹਿ ਜਾਓ ਵੀਰ ਬਣ ਕੇ। ਚਾਚਾ ਇੰਦਰ ਜੀ ਬਹਿ ਰਹੀਏ, ਬਹਿ ਰਹੀਏ ਸਰਪੰਚ ਸਾਹਿਬ, ਬੈਠ ਕੇ ਆਪਾਂ ਖੇਡ ਮੇਲਾ ਦੇਖ ਕੇ ਆਣ। ਪਰ ਗੱਜਣ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਯਾਰ, ਘੱਟੋ ਘੱਟ 2.5-3 ਲੱਖ ਰੁਪਏ ਦਾ ਮੈਚ ਆਪਾਂ ਸਾਰਾ ਆਹ ਮੈਚ ਵੇਖਣ ਨੂੰ 3 ਮਹੀਨੇ ਮਿਹਨਤ ਕੀਤੀ ਆ ਪ੍ਰਬੰਧ ਕਮੇਟੀ ਵਾਲਿਆਂ ਨੇ। ਤੇ ਬਹਿ ਜਾਓ ਭਰਾ ਬਣ ਕੇ ਯਾਰ, ਜਿਹਨੇ ਪੈਸੇ ਫੜਾਉਣੇ ਆ ਪਲੇਅਰਾਂ ਨੂੰ ਹੱਥਾਂ 'ਚ ਫੜਾ ਦਿਆ ਕਰੋ। ਇੱਧਰ ਸਰਪੰਚ ਰਾਜਵੀਰ ਸਿੰਘ ਜੀ ਆੜਤੀ ਸਾਹਿਬ, ਠੀਕ ਹੈ ਜੀ। ਲਓ ਸਾਹਮਣੇ ਗੱਲਾਂ ਵੱਡੀਆਂ ਨੇ ਭਰਾ ਬਣ ਕੇ, ਹੁਣ ਆਪਾਂ ਗੱਲ ਸਿਰਫ ਦਾ ਸਿਰਫ ਬੂਟਾ ਜੀ, ਮੈਂ ਤਾਂ ਕਹਿੰਦਾ ਕਬੱਡੀ ਦੀ ਹੋਣੀ ਚਾਹੀਦੀ ਹੈ, ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ। ਲਓ ਸਾਹਮਣੇ ਆਣੋ ਬੁੱਢਾ ਥੇ ਦੀ ਧਰਤੀ ਦਾ, ਆਹ ਨੱਚਦਾ ਟੱਪਦਾ ਹੱਸਦਾ ਪੁਆਇੰਟ ਲੈ ਕੇ ਵਾਪਸ ਆਏ ਉੱਥੇ ਬੂਟਾ ਜੀ। 7 ਫਰਵਰੀ
ਬਾਗੜੀਆਂ ਦੀ ਧਰਤੀ ਤੇ ਵੀ ਬਹੁਤ ਵੱਡੀ ਬਾਗੜੀਆਂ ਦੇ ਵਿੱਚ ਚੈਂਪੀਅਨਸ਼ਿਪ ਹੋਣੀ ਹੈ। ਉਧਰ ਕਹਿੰਦੇ ਯੁੱਧਵੀਰ ਦੇ ਫਾਦਰ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਜੱਸੇ ਪਹਿਲਵਾਨ ਦੇ ਨਾਮ ਪਰ ਵੱਡੇ ਪਿਆਰ ਪੁੱਜਦੇ ਕਰਦੇ ਆ, ਬਹੁਤ ਧੰਨਵਾਦ ਹੈ। ਮੱਖੀ ਦੇ ਪੈਸੇ ਮੇਰੀ ਬੇਨਤੀ ਹੈ, ਸਾਡੇ ਸੁੱਖ ਦੇ ਦਾਣੇ ਪਹੁੰਚਦੇ ਕਰ ਦੋ ਜਿਹੜੇ ਵੀਰਾਂ ਨੇ ਲਾਏ ਆ। ਉਹ ਜੁੜੀਏ ਖੇਡ ਕਬੱਡੀ ਦੇ ਨਾਲ, ਉਹ ਵੀਰਾ, ਉਹ ਵੀਰਾ ਸਰਹਾਲੀ ਦਾ ਆਓ ਸਾਹਮਣੇ, ਜਦੋਂ ਦਾ ਲੱਗਿਆ ਵੱਡਾ ਵੱਡਾ ਰਿੱਡ ਢਾਲੀ ਦਾ, ਆਓ ਸਾਹਮਣੇ ਦੁਨੀਆ ਵਿੱਚ ਛਾ ਗਿਆ ਵੀਰਾ ਸਰਹਾਲੀ ਦਾ, ਆਓ ਸਾਹਮਣੇ ਤਗੜਾ ਜੱਫਾ ਬਹਿ ਜਾਓ ਭਰਾ ਬਣ ਕੇ। ਮੈਨੂੰ ਪਤਾ ਹੈ ਵੀਰੇ ਦੀਆਂ ਰਿਸ਼ਤੇਦਾਰੀਆਂ ਗੂੜੀਆਂ ਨੇ, ਪਰ ਭਰਾ ਬਣ ਕੇ ਪਿਆਰ ਦਿਓ ਮੁੰਡੇ ਨੂੰ, ਇਹਨਾਂ ਦੇ ਕੋਚਾਂ ਨੂੰ। ਇੱਧਰ ਕਹਿੰਦੇ ਜੋਬਨ ਖਹਿਰਾ ਸਾਡੇ ਵੀਰ ਨੇ, ਪਰ ਇਹਨੂੰ ਹਜੋ ਭਰਾ ਬਣ ਕੇ ਲੈਣਾ ਦੇ ਆ ਗਏ ਆ। ਓਏ ਅਨੂ ਹੈ, ਉੱਧਰ ਟਾਰਜਨ ਹੈ, ਛੋਟਾ ਕਰਦਾ ਤਿੰਦਰਜੀਤ ਦੀ ਟੀਮ ਲਈ ਖੇਡਿਆ ਜੋਸ਼ਨ ਸਾਹਿਬ ਦੇ। ਆਓ ਕਹਿੰਦੇ ਮੇਲਿਆਂ ਦੇ ਵੱਡੇ ਜੱਫੇ ਲੱਗੇ ਆ, ਬਹਿ ਜਾਓ ਮੇਰੇ ਵੀਰੋ ਚੂਸਲੇ ਵਾੜਾ ਲਿਆਉਣਾ। ਚੋਟੀ ਦਾ ਸੁਪਰ ਫਾਈਨਲ ਮੈਚ। ਇੱਧਰ ਸਾਡੇ ਵੀਰ ਜੋਬਨ ਸ਼ਰਮਾ ਤੇ ਕਰਨ ਪੱਟੀ ਕਹਿੰਦੇ ਜੇਕਰ ਵੀਰਾ ਸਰਹਾਲੀ ਵਾਲਾ ਦੋ ਜੱਫੇ ਹੁਣ ਫੇਰ ਲਾ ਦੇਵੇ, ਉਧਰ 100 ਦੇ ਮਾਨ ਸਨਮਾਨ ਸੱਤੂ ਦੇ ਕਹਿੰਦੇ ਇੱਕੋ ਜੱਫੇ ਦਾ 2100 ਦਿੱਤਾ ਜਾਵੇਗਾ। ਸਾਡਾ ਗੋਬਿੰਦ ਖਹਿਰਾ, ਸਰਬ ਖਹਿਰਾ, ਜੋਬਨ ਖਹਿਰਾ ਤੇ ਜਸਕਰਨ ਨਾਲ ਗੀਤ ਖਹਿਰਾ, ਕੁਲਜੀਤ ਖਹਿਰਾ ਆਸਟ੍ਰੇਲੀਆ ਬਲਵਿੰਦਰ ਸਿੰਘ ਜੀ ਚੇਅਰਮੈਨ ਦੇ ਪੁੱਤਰ ਤੇ ਨਾਲ ਵੀਰਾ ਗੋਪੀ ਮਨਾਵੀਆਂ, ਬਹਿ ਜਾਓ ਭਰਾ ਬਣ ਕੇ। ਖੇਡ ਕਬੱਡੀ ਵੱਡੀ ਆ, ਤਕੜਾ ਮੈਚ। ਆਓ ਗੱਲ ਰਾਣਿਆ ਕਰਦੇ ਵੀਰਾ। ਏ ਸੁੱਖ ਵਾ ਵੀ ਮੱਖੀ ਵਾਲਾ, ਸੁੱਖ ਮੱਖੀ ਵਾਲਾ ਅੱਜ ਚੂਸਰੇ ਵਣ ਦੀ ਧਰਤੀ ਤੇ ਵੀ ਸਿਰੇ ਦੀਆਂ ਰੇਡਾ ਪਾ ਗਿਆ। ਗੋਬਿੰਦ ਕਹਿੰਦਾ ਇੱਕੋ ਜੱਫਾ ਲਾ ਦੇ। ਉਧਰਲੇ ਬੰਨੇ ਸਰਦਾਰ ਨਰਿੰਦਰ ਸਿੰਘ ਜੀ ਸਰਪੰਚ ਸਾਹਿਬ ਵੱਡੇ ਭਾਈ ਨੇ ਸਾਡੇ, ਵੱਡੇ ਭਾਈ ਦਾ ਵੱਡਾ ਧੰਨਵਾਦ ਹੈ। ਆਹ ਗੱਜਣ ਹੈ, ਇੱਕ ਬੰਨੇ ਖਡੂਰ ਸਾਹਿਬ ਹੈ, ਇੱਕ ਬੰਨੇ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੌਰਨ ਆਸਟ੍ਰੇਲੀਆ ਚੋਲਾ ਸਾਹਿਬ ਦੀ ਟੀਮ ਖੇਡ ਰਹੀ ਹੈ। ਅੰਕਲ ਕੁਲਵੰਤ ਸਿੰਘ ਜੀ ਚੋਲਾ ਸਾਹਿਬ ਦਾ ਵੱਡਾ ਧੰਨਵਾਦ ਹੈ। ਇੱਧਰ ਸੱਤੂ ਹੈ, ਰੇਸ਼ਮਾ ਯਾਮਾ ਰਾਏ ਵਾਲਾ ਹੈਪੀ ਮੋੜ, ਲਵ ਮੋੜ ਤੇ ਕਰਨ ਯਾਮਾ ਰਾਏ, ਤੇ ਨਾਲ ਹੈ ਸਾਡਾ ਗੁਰਜੰਟ ਸਭਰਾ ਜਿਹਨਾਂ ਦੀ ਟੀਮ ਸਪੋਂਸਰ ਕੀਤੀ ਹੋਈ ਹੈ। ਬਹਿ ਜਾਈਏ ਵੀਰ ਬਣ ਕੇ, ਮੇਲਾ ਚੋਟੀ ਦਾ, ਮੇਲਾ ਸਿਰੇ ਦਾ। ਇੱਧਰ ਕਹਿੰਦੇ ਦਿਆਲਪੁਰੀ ਹੈ ਜੱਗੇ ਦੀ ਰੇਡ ਹੈ, ਉਹ ਛੋਟਾ ਟਾਰਜਨ ਆਓ ਨਜ਼ਾਰਾ। ਓਏ ਜੱਗਾ ਦਿਆਲਪੁਰੀਆ, ਓ ਜੱਗਾ ਦਿਆਲਪੁਰੀਆ, ਓ ਜੱਗਾ ਦਿਆਲਪੁਰੀਆ ਪੁਆਇੰਟ ਲੈ ਕੇ ਵਾਪਸ, ਤਾੜੀਆਂ ਵੱਜ ਗਈਆਂ। ਕਰਨ ਆਸਟ੍ਰੇਲੀਆ ਵਾਲੇ ਵੀਰ ਦਾ ਧੰਨਵਾਦ। ਉਧਰ ਸਾਡਾ ਵੀਰ ਸੋਨੀ ਕੋਚ ਕਹਿੰਦਾ ਗੁਰੂ ਘਰ ਵਿਖੇ ਗੁਰੂ ਘਰ ਦੇ ਲੰਗਰ ਉਧਰ ਪਾਏ ਜਾ ਰਹੇ ਆ। ਸਾਡਾ ਕੁਲਜੀਤ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਬੈਠਾ ਬਲਵਿੰਦਰ ਚੇਅਰਮੈਨ ਦਾ ਪੁੱਤਰ, ਓਏ ਅੱਜ ਵੀਰਾ ਛਾ ਗਿਆ, ਅੱਜ ਵੀਰਾ ਛਾ ਗਿਆ, ਓਏ ਗੱਜਣ ਬੁੱਕ ਬੁੱਕ ਕੇ ਆ ਗਿਆ ਆ ਗਿਆ। ਥੋੜਾ ਥੋੜਾ ਲੱਖਾ ਭਲਵਾਨ ਜੀ ਇਹਨਾਂ ਵੀਰਾਂ ਨੂੰ ਕਹੋ ਵੀ ਢੇਰੀਆਂ ਤੋਂ ਪਿੱਛੇ ਨੂੰ ਹੋ ਜਾਓ, ਮੈਚ ਚੋਟੀ ਦਾ ਚੱਲਦਾ। ਓਏ ਸੱਤੂ ਇੱਕੋ ਲਾ ਦੇ 2100 ਦਾ, 2100 ਕਰਨ ਪਟਵਾਰੀ ਆਸਟ੍ਰੇਲੀਆ ਵੱਡੇ ਪਿਆਰ ਨੇ ਬਣਾਉਣੂ ਅੜੂ ਅੜੂ ਬੁੱਢਾ ਥੇ ਦੀ ਧਰਤੀ ਦਾ ਚਾਰ ਤੇ ਬੱਲਾ ਕਠਿਆਲੇ ਵਾਲਾ ਆਓ ਸਾਹਮਣੇ ਡੱਕਣ ਦੀ ਕਰਦਾ ਕੋਸ਼ਿਸ਼ ਹੁੰਦੀ ਹੋਈ ਬੱਲੇ ਬੱਲੇ ਤੇ ਨੰਬਰ ਰੇਟਰ ਦਾ ਬੂਟਾ ਜੀ ਰੇਸ਼ਮ ਜਮਾ। ਉਧਰ ਇਕਬਾਲ ਸਿੰਘ ਜੀ ਮੋਟਰਸਾਈਕਲ ਮਕੈਨਿਕ ਪੱਟੀ ਉਹਨਾਂ ਦਾ ਧੰਨਵਾਦ ਕਰਦੇ ਆ। ਉਧਰ ਵੀਰ ਆ ਕਹਿੰਦੇ ਮਨੂ ਕਲੇਰ ਨਾਲ ਹੈ ਸਾਡਾ ਮੈਂਟੂ ਆਸਟ੍ਰੇਲੀਆ ਵਾਲਾ ਜਿਨ੍ਹਾਂ ਨੇ ਟੀਮ ਸਪੋਂਸਰ ਕੀਤੀ ਆ, ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੌਰਨ ਦੀ ਟੀਮ ਹੈ। ਸਰਦਾਰ ਹਰਦੀਪ ਸਿੰਘ ਜੀ ਨਿਹੰਗ ਦਾ ਪੁੱਤਰ ਨਾਲ ਕਹਿੰਦੇ ਗੱਲ ਚੱਲਦੀ ਹੈ, ਸਰਦਾਰ ਹਰੀ ਸਿੰਘ ਜੀ ਕਲੇਰ ਮਨੂ ਦੇ ਚਾਚਾ ਜੀ
ਨਾਲ ਪਿੰਦਾ ਕਲੇਰ ਯੂਕੇ ਤੋਂ ਧੰਨਵਾਦ ਕਰਾਂਗੇ। ਬਲਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਬੈਠੇ ਆ, ਇਹਦਾ ਪੁੱਤਰ ਆਸਟ੍ਰੇਲੀਆ ਵਿੱਚ ਉਡੀਕ ਕਰਦਾ ਵੀ ਸੱਤੂ ਇੱਕ ਜਫਾ ਲਾਵੇ। ਆਰ ਗੋਬਿੰਦ ਬਾਈ ਕਹਿੰਦਾ 2100 ਦੇ ਦੇਣਗੇ, 2100 ਦਿੱਤੇ ਜਾਣਗੇ। ਸੁੱਖ ਮੱਖੀ ਵਾਲਾ ਰੇਡ ਪਾ ਰਿਹਾ ਹੈ ਇੰਦਰਜੀਤ ਪਹਿਲਵਾਨ ਦੇ ਲਾਣੇ ਵਿੱਚੋਂ ਤੇ ਲਖਵਿੰਦਰ ਸਿੰਘ ਜੀ ਪਹਿਲਵਾਨ ਦੇ ਪਰਿਵਾਰ ਵਿੱਚੋਂ 500 ਪਰ ਜੱਪੇ ਉੱਪਰ ਮਾਨ ਸਨਮਾਨ ਉੱਖੜਦੇ ਪੈਰ ਹਰਪਾਲ ਸਿੰਘ ਕਾਲਵਾ ਵਾਲਾ ਇਹ ਪਰ ਭੰਗੜੇ ਭੰਗੜੇ ਪੈ ਗਏ। ਮੱਖਣ ਸੰਧੂ ਦੇ ਪਿੰਡੂ ਨੇ ਭੰਗੜੇ ਪਵਾਤੇ ਮੇਰੇ ਮਿੱਤਰੋ। ਗੁਰਸੇਵਕ ਯਰਮਨ ਸਾਡਾ ਵੀਰ ਸੁੱਚਾ ਸਿੰਘ ਕਾਲੇ ਮਹਿਰੀਏ ਦਾ ਪੋਤਾ ਕਹਿੰਦੇ ਮੇਰੇ ਮਿੱਤਰੋ। ਮੈਂਡੀ ਸਿੰਘਾਪੁਰੀਆ ਭਰਾ ਕਹਿੰਦਾ ਅਰਸ਼ ਦੇ ਇੱਕੋ ਜੱਫੇ ਦਾ 1100। ਓਏ ਚੂਸਲੇਵਾੜ ਪਿੰਡ ਆ, ਓਏ ਨੋਟਾਂ ਦੀਆਂ ਬੋਰੀਆਂ ਦੇ ਸੇਬੇ ਹੁਣ ਖੁੱਲੇ ਆ, ਆਹ ਬੱਲੇ ਬੱਲੇ ਹੋਈ ਪਈ ਆ। ਗੁਰਲਾਲ ਖੈਰਾ ਭਰਾ ਸਾਡਾ ਯਾਰੀ ਆ ਕਹਿੰਦੇ, ਆਹ ਬੈਠੇ ਆ ਪ੍ਰਭ ਹੋਰੀ। ਧੰਨਵਾਦ ਕਰਦੇ ਹਾਂ ਸਲਵਿੰਦਰ ਸਾਡਾ ਵੀਰ। ਔਰ ਕਹਿੰਦੇ ਪੰਜਾਬ ਪੁਲਿਸ ਦੇ ਥਾਣੇਦਾਰ ਨੇ ਦੇਣਾ 71। ਆ ਕਹਿੰਦੇ 31000 3100 ਰੁਪਇਆ ਬੂਟਾ ਜੀ ਸਲਵਿੰਦਰ ਸਿੰਘ ਪੰਜਾਬ ਪੁਲਿਸ ਤੇ 31000 ਰਾਜਵੀਰ ਸਿੰਘ ਯਾਰ ਪਿਆ ਸਾਹਿਬ 1,00,000 ਰੁਪਇਆ ਸਲਵਿੰਦਰ ਸਿੰਘ ਮਿੰਟੂ ਆਸਟ੍ਰੇਲੀਆ। ਪਰ ਮੈਨੂੰ ਲੱਗਦਾ ਇੱਕ ਲਫਾਫੇ ਤੇ ਅਣੂ, ਇੱਕ ਲਫਾਫੇ ਤੇ ਲੱਗਦਾ ਅਣੂ ਲਿਖਣਾ ਪੈਣਾ। ਮੈਨੂੰ ਲਿਖਣਾ ਕਿਉਂ ਪੈਣਾ, ਇਹਨੇ ਲਿਖਾ ਲੈਣਾ, ਇਹਨੇ ਲਿਖਾ ਲੈਣਾ। ਇੱਧਰ ਕਹਿੰਦੇ ਅਰਸ਼ ਮੈਂਡੀ ਖਹਿਰਾ, ਉਹ ਕੁਰਸੀਆਂ ਉਹ ਪਟਾਕੇ ਉਹ ਗੱਜਣ ਦੇ ਅਰਸ਼ ਪਰ ਨੰਬਰ ਕਹਿੰਦੇ ਗੱਜਣ ਦਾ ਮੇਰੇ ਮਿੱਤਰੋ। ਓਏ ਚੂਸਲੇਵਾੜ ਵਾਲੇ ਉਹ ਕੀ ਹਾਲ ਚਾਲ ਆ, ਮਾਝੇ ਵਾਲੇ ਭਾਊ ਕਹਿੰਦੇ ਨਜ਼ਾਰੇ ਵੱਜੇ ਪਏ ਆ, ਨਜ਼ਾਰੇ ਵੱਜੇ ਪਏ ਆ। ਆਹ ਚੱਲਦੇ ਫਿਰਦੇ ਖੇਡ ਸਟੇਡੀਅਮ ਤੇ ਹੁੱਲੇ ਹੁਲਾਰੇ ਹੁੱਲੇ ਹੁਲਾਰੇ ਤੇ ਜਕਾਰੇ ਲੱਗਦੇ ਪਏ ਆ ਜੱਗਾ। ਇੱਧਰ ਛੋਟੇ ਗੁਰਦੱਤਾ ਇੱਕੋ ਜਫਾ, ਗੋਬਿੰਦ ਖਹਿਰਾ ਸਾਡਾ ਪੱਲੂ ਮਨਾਵੀਆਂ ਨਾਲ ਕਹਿੰਦੇ ਸਰਬ ਜੋਬਨ ਜਸਕਰਨ ਗੀਤ ਤੇ ਕੁਲਜੀਤ ਖਹਿਰਾ ਆਸਟ੍ਰੇਲੀਆ ਨਾਲ ਗੋਪੀ ਬਾਈ ਆ ਉਹਨਾਂ ਵੱਲੋਂ ਇੱਕੋ ਜਫਾ 1100 ਦਾ। ਅਰਸ਼ ਚੋਲੇ ਦਾ ਇੱਕੋ ਜਫਾ, ਮੈਂਡੀ ਖੈਰਾ ਸਿੰਘਾਪੁਰੀਆ ਕਹਿੰਦਾ 1500 ਦਾ। ਆਓ 1500 ਇੱਧਰ ਕਰਨ ਆਸਟ੍ਰੇਲੀਆ ਤੇ ਪਿਆਰ ਹੈ ਗੁਰਲਾਲ ਖੈਰੇ ਦੇ ਨਾਲ, ਪਰ ਸਾਹਮਣੇ ਕੀ ਫੈਸਲੇ। ਸੁੱਖਾ ਜੀ ਨੰਬਰ ਕਿਹਦਾ ਜੀ, ਨੰਬਰ ਯਾਪੀ ਦਾ ਬਾਜੂ ਚੋਲਾ ਸਾਹਿਬ ਦੀ ਧਰਤੀ ਦਾ ਬੂਟਾ ਜੀ। ਦੋ ਕਬੱਡੀਆਂ ਹੋ ਇੱਕ ਇੱਕ ਰੇਡਾਂ ਮੇਰੇ ਮਿੱਤਰੋ। ਦੋ ਅਰਸ਼ ਦਾ ਇੱਕੋ ਜਫਾ 2100 ਦਾ, ਮੈਂਡੀ ਸਿੰਘਾਪੁਰੀਆ ਭਰਾ ਸਾਡਾ ਯੁੱਧਵੀਰ ਦੇ ਫਾਦਰ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਕਹਿੰਦੇ ਬੱਖੀ ਵਾਲਾ ਸਾਡੇ ਤੋਂ ਪੈਸੇ ਫੜ ਕੇ ਲੈ ਜਾਵੇ ਸੁੱਖ ਭਰਾ। ਇੱਧਰ ਬੁੱਢੇ ਥੇਵਲ ਦੀ ਕਬੱਡੀ ਪੈ ਰਹੀ ਹੈ, ਇਹ ਨਿੱਕਾ ਜੱਗਾ ਦਿਆਲ ਪ੍ਰਿਆ ਵੀ ਮਾਨ ਸਨਮਾਨ ਪ੍ਰਾਪਤ ਕਰੇਗਾ। ਓਏ ਲਾਸਟ ਕਬੱਡੀ ਅੱਜ ਦੇ ਦਿਨ ਦੀ ਨਹੀਂ ਬੂਟਾ ਜੀ, ਇੱਕ ਇੱਕ ਹੋਰ ਪੈਣੀ ਨੇ ਜੇਕਰ ਅਰਸ਼ ਦਾ। ਓਏ ਆ ਕੀ ਬਣ ਗਿਆ, ਓਏ ਆ ਕੀ ਬਣ ਗਿਆ, ਓਏ ਆ ਕੀ ਬਣ ਗਿਆ, ਬੱਲੂ ਖਹਿਰਾ ਤੇ ਗੋਪੀ ਮਨਾਵੀਆਂ। ਮੈਚ ਦੀ ਇੱਕ ਕਬੱਡੀ ਰਹਿ ਗਈ ਵੀਰੇ, ਇੱਕ ਇੱਕ ਰਹਿ ਗਈ। ਅਰਸ਼ ਦੇ ਇੱਕੋ ਜੱਫੇ ਦਾ 5100, ਬਾਈ ਬੱਲੂ ਖਹਿਰਾ ਗੋਬਿੰਦ ਖਹਿਰਾ ਦੇ ਸਰਪ ਨਾਲ ਜੋਬਣ ਦੇ ਜਸਕਰਨ ਦੇ ਗੀਤ ਤੇ ਨਾਲ ਰਮਨ ਆਸਟ੍ਰੇਲੀਆ ਤੇ ਪ੍ਰਾਪਤ ਰੰਧਾਵਾ ਜੀ ਤੇ ਮਿੰਟੂ ਆਸਟ੍ਰੇਲੀਆ ਜੀ ਕਹਿੰਦੇ ਇਹਨਾਂ ਵੱਲੋਂ ਵੀ 5100 ਹੋਰ ਪਾ ਲਓ। 5100 ਉਧਰਲੇ ਬੰਨੇ ਅਰਸ਼ ਦਾ ਜੱਫਾ ਮੰਨੂ ਪਾਠ ਭਰਾ ਕਹਿੰਦਾ 11000 ਦਾ। ਇੱਧਰ ਜੱਗੇ ਦਿਆਲਪੁਰੀਏ ਦੇ ਪੈਸੇ ਵੀ ਜਿਹੜੇ ਆ
ਉਹ ਪ੍ਰਾਪਤ ਹੋ ਜਾਣਗੇ। ਬਹਿ ਜਾਓ ਮੇਰੇ ਵੀਰ ਬਣ ਕੇ, ਭਰਾ ਬਣ ਕੇ ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਹੋਏ ਅਨੂ ਤਾਨੂ, ਅਨੂ ਤੇ ਕਹਿੰਦੇ ਛੋਟਾ ਟਾਰਜਨ, ਅਨੂ ਤੇ ਛੋਟਾ ਟਾਰਜਨ, ਓਏ ਮੇਲਾ ਬਣ ਗਿਆ, ਮੇਲਾ ਬਣ ਗਿਆ, ਮੇਲਾ ਬਣ ਗਿਆ, ਮੇਲਾ, ਓਏ ਆਮ ਜੱਫੇ ਨੇ ਲਲਕਾਰੇ ਮਰਾਦੇ ਫੜ ਕੇ। ਰੈਂਬੋ ਇੱਕ ਮਿੰਟ ਰੁਕ ਜਾ, ਰੈਂਬੋ ਬਹਿ ਜਾ, ਬਾਹਰ ਆ ਜਾਓ ਬਾਹਰ, ਇੱਕ ਵੱਡੀ ਹੋਰ ਪੈਣੀ ਆ, ਛੋਟੇ ਕਰਦੇ ਤਾਂ ਪਹੁੰਚਦਾ ਕਰ ਦੋ ਜੀ ਪੈਸੇ ਉੱਥੇ। ਆਹ ਕਬੱਡੀ ਬੋਲਿੰਗ ਕਮਿਟੀ, ਕਬੱਡੀ ਲਾਸਟ ਪਾਲੀਏ ਫਿਰ ਜੋ ਹੁਣ ਆਪਾਂ ਕਰਦੇ ਵੀਰੇ ਗੱਲ। ਓਏ ਆ ਜੱਫਾ ਅਰਸ਼ ਦਾ 11,000 ਦਾ ਹੋਣਾ, ਆਹ ਲੈ ਲਾ ਪੈਸੇ ਸੁੱਖੇ ਨਾ ਵੀਰਾਂ ਤੋਂ। ਓਏ ਬਾਕੀ ਬਾਈ ਬਾਹਰ ਆ ਜਾਓ, ਗਰਾਊਂਡ ਕਲੀਅਰ, ਬੂਟਾ ਨਹੀਂ ਚੱਕੀਏ ਮੈਂ। ਮੈਂਡੀ ਸਿੰਘਾਂ ਪ੍ਰੀਏ ਵੱਲੋਂ 13,000 ਦਾ ਅਰਸ਼ ਦਾ ਜੱਫਾ, 13,000 ਦਾ ਅਰਸ਼ ਦਾ ਜੱਫਾ ਆਉਣਾ ਗੱਜਣ ਦੀ ਰੇਡ ਬੋਲੇ ਸੋਮਹਾਲ। ਸਤਿ ਸ਼੍ਰੀ ਅਕਾਲ, ਦੱਸੀਏ ਨੰਬਰ, ਨਜ਼ਾਰਾ ਆ ਗਿਆ ਇੱਥੇ ਮੇਲੇ ਦਾ। ਕਰਿਆਲਾ ਸਾਹਿਬ ਲਿਆਓ, ਛੋਟੇ ਗੁਰਦੱਤ ਦਾ 3100, 2100 ਸਾਡੇ ਵੀਰ ਨੇ, ਬਾਈ ਗੋਬਿੰਦ ਖੈਰਾ ਉਹ ਪਹੁੰਚਦਾ ਕਰਦਾ ਜੀ, ਉਹਨਾਂ ਨੇ ਪੈਸੇ ਪਹੁੰਚਦੇ ਕਰਤੇ ਆ। ਇੱਕੀ ਸੌ ਗੁਰਦੱਤ ਬੋਲਿਆ, ਉਹ ਪਹੁੰਚਦਾ ਆ ਗਿਆ ਤੁਹਾਡੇ ਕੋਲੇ, ਰੇਟ ਤੇ ਪੈਸੇ ਨਹੀਂ ਬੋਲੇ ਸੁਣਿਆ, ਜਾਂਦੇ ਰਹੋ। ਆਓ ਆਪਾਂ ਪ੍ਰਾਈਜ 1100 ਅਰਸ਼ ਲਈ ਅੰਕਲ ਜੀ ਫੜ ਕੇ ਲੈ ਜਾਓ, ਮੈਂਡੀ ਸਿੰਘਾਪੁਰੀਏ ਭਰਾ ਤੋਂ। ਹਾਂ ਪਹੁੰਚਦਾ ਕਰ ਦੋ ਜੀ, ਆਪਾਂ ਨੰਬਰ ਦੱਸੀਏ ਘਰਾਲਾ ਸਾਹਿਬ, ਇੱਕ ਮਿੰਟ ਆਓ ਮੇਰੇ ਲਾਗੇ, ਨੰਬਰ ਦੱਸੇ ਜਾਣਗੇ। ਨਰਿੰਦਰ ਸਿੰਘ ਜੀ ਸਰਪੰਚ ਸਾਹਿਬ ਦਾ ਮੈਂ ਧੰਨਵਾਦ ਕਰਾਂਗਾ, ਬਾਈ ਗੁਰਿੰਦਰ ਦਾ, ਸੁੱਖ ਪ੍ਰਧਾਨ ਜੀ ਦਾ, ਬਲਵਿੰਦਰ ਚੇਅਰਮੈਨ ਜੀ ਦਾ। ਨੰਬਰ ਦੱਸੀਏ ਵੀਰੇ, ਨੰਬਰ ਗੁਰਵਿੰਦਰ ਲਿਆਓ, ਨੰਬਰ ਦੱਸੀਏ ਭਰਾ ਬਣ ਕੇ ਪਹਿਲਾਂ ਆਪਾਂ। ਘਰਿਆਲਾ ਸਾਹਿਬ ਬੈਸਟ ਰੇਡਰ ਜਾਫੀ ਵੀ ਦੱਸੋ ਤੇ ਨੰਬਰ ਵੀ ਦੱਸੀਏ ਕਿਰਪਾ ਕਰਕੇ। ਬੂਟਾ ਜੀ ਇੱਧਰ ASI ਸਾਹਿਬ PCR ਵਾਲੇ, ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ। ਨੰਬਰ ਕਿੰਨੇ ਆ ਜੀ? ਹਾਂ ਨੰਬਰ ਦੱਸੀਏ। ਜੱਸੇ ਪਹਿਲਵਾਨ ਦੇ ਸਾਰੇ ਪਰਿਵਾਰ ਦਾ ਮੈਂ ਚੇਚੇ ਤੌਰ ਤੇ ਧੰਨਵਾਦ ਕਰਾਂਗਾ। ਇੱਕੋ ਮਿੰਟ ਬੂਟਾ ਜੀ, ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੋਰਨ ਆਸਟ੍ਰੇਲੀਆ, ਪਲੱਸ ਸ਼੍ਰੀ ਗੁਰੂ ਅਰਜਨ ਦੇਵ ਜੀ ਕਬੱਡੀ ਕਲੱਬ ਚੋਲਾ ਸਾਹਿਬ, ਇਸ ਟੀਮ ਦੇ ਪੁਆਇੰਟ ਨੇ 32, ਔਰ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ, ਇਸ ਟੀਮ ਦੇ ਨੰਬਰ ਨੇ 32। ਆ ਹੁਣ ਬੈਸਟ ਵੀ ਦੱਸੀਏ, ਬੈਸਟ ਵੀ ਦੱਸੀਏ। ਆ ਮੈਚ ਅੱਧੇ ਨੰਬਰ ਤੇ ਜਿੱਤ ਹਾਰ ਹੋਈ ਆ ਘਰਾਲਾ ਸਾਹਿਬ। ਬੂਟਾ ਜੀ ਹਰੇ ਫੈਸਲੇ ਬਾਕੀ ਆ, ਹਜੇ ਬਾਕੀ ਆ, ਹਰੇ ਅਧੂਰੇ, ਇੱਕ ਕਹਿੰਦੇ ਹੋਲਡ ਹੈ ਰੋਬਨ ਖਹਿਰਾ। ਰੋਬਨ ਬੈਸਟਾਂ ਦਾ ਕਲੀਅਰ ਹੋਇਆ ਘਰਾਲਾ ਸਾਹਿਬ, ਕਿਉਂ ਵੀ ਉਸੇ ਤੇ ਹੋਲਡ ਤੇ ਆ। ਥੋੜੇ ਕੁ ਸਮੇ ਬਾਅਦ ਲਖਵਿੰਦਰ ਸਿੰਘ ਜੀ ਸਾਡੇ USA ਵਾਲੇ ਵੱਡੇ ਬਾਈ ਲਖਵਿੰਦਰ ਸਿੰਘ ਜੀ, ਅਮਰੀਕਾ ਵਾਲਿਆਂ ਦਾ ਮੈਂ ਧੰਨਵਾਦ ਕਰਾਂਗਾ। ਮਨੂ ਸ਼ਾਹ ਜੀ, ਬੂਟਾ ਜੀ ਗੋਪੀ ਔਲਖ ਜੀ ਕਹਿੰਦੇ ਜਿਹੜੇ ਜੱਗੇ ਦਿਆਲਪੁਰੀਏ ਦੀ ਮਾਇਆ ਉਹ ਪੋਜਦੀ ਕਰਦੇ ਹੋ, ਉਹ ਅੰਕਲ ਜੀ ਨੇ ਪਹੁੰਚਦੀ ਕਰਤੀ ਹੈ ਸਰਦਾਰ।